ਸਤਿ ਸ਼੍ਰੀ ਅਕਾਲ, ਨਮਸਤੇ, ਆਦਾਬ। ਤੁਹਾਡਾ ਸਾਰਿਆਂ ਦਾ ਜੀ ਆਇਆਂ ਨੂੰ ਪੰਜਾਬੀ ਕਮਿਊਨਿਟੀ ਹੈਲਥ ਸਰਵਿਸਿਜ਼ ਦੇ ਪ੍ਰੋਗਰਾਮ ਕਮਿਊਨਿਟੀ ਕਨੈਕਸ਼ਨ ਦੇ ਵਿੱਚ। ਮੈਂ ਤੁਹਾਡੀ ਹੋਸਟ ਗੁਰਸ਼ਰਨ ਕੌਰ ਇਸ ਹਫ਼ਤੇ ਫਿਰ ਇੱਕ ਨਵਾਂ ਸੈਗਮੈਂਟ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੈ। ਅੱਜ ਮੇਰੇ ਨਾਲ ਇੱਥੇ ਪ੍ਰੈਜੈਂਟ ਨੇ ਬਲਦੇਵ ਮੁੱਟਾ, CEO ਆਫ ਪੰਜਾਬੀ ਕਮਿਊਨਿਟੀ ਹੈਲਥ ਸਰਵਿਸਿਜ਼। ਬਲਦੇਵ ਜੀ, ਤੁਹਾਡਾ ਸਾਡੇ ਪ੍ਰੋਗਰਾਮ 'ਚ ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ ਗੁਰਸ਼ਰਨ ਜੀ। ਅੱਜ ਅਸੀਂ ਤੁਹਾਡੇ ਨਾਲ ਗੱਲਬਾਤ ਕਰਨਾ ਚਾਹੂੰਗੇ ਕਿ ਕਿਵੇਂ ਬੱਚਿਆਂ ਦੇ ਵਿੱਚ ਇਮੋਸ਼ਨਲ ਇੰਟੈਲੀਜੈਂਸ, ਮਤਲਬ ਭਾਵਨਾਤਮਿਕ ਬੁੱਧੀ, ਕਿਵੇਂ ਬਿਲਡ ਕਰ ਸਕਦੇ ਨੇ ਛੋਟੇ ਹੁੰਦੇ ਤੋਂ ਹੀ। ਬਟ ਮੇਰਾ ਬੇਸਿਕ ਕੁਐਸਚਨ ਇਹ ਹੈ ਕਿ ਸਾਡੇ ਇੱਦਾਂ ਦੇ ਕਾਫੀ ਸਾਰੀ ਸਾਡੀ ਜਨਤਾ ਹੈ ਜਿਨ੍ਹਾਂ ਨੂੰ ਇੱਦਾਂ ਨਹੀਂ ਪਤਾ ਕਿ ਇਮੋਸ਼ਨਲ ਇੰਟੈਲੀਜੈਂਸ ਹੁੰਦੀ ਕਿਆ ਚੀਜ਼ ਹੈ, ਅਤੇ ਜੇ ਤੁਸੀਂ ਥੋੜ੍ਹਾ ਜਿਹਾ ਉਹਦੇ ਉੱਤੇ ਰੌਸ਼ਨੀ ਪਾ ਸਕੋ ਜੀ। ਸੋ ਅੱਜ ਤੋਂ ਜੇ ਆਪਾਂ 50 ਸਾਲ ਪਿੱਛੇ ਜਾਈਏ ਤਾਂ ਆਪਾਂ ਇਸ ਚੀਜ਼ ਦੇ ਉੱਤੇ ਸੋਸਾਇਟੀ 'ਚ ਬਹੁਤ ਜ਼ੋਰ ਦਿੱਤਾ ਪੂਰੀ ਦੁਨੀਆ 'ਚ ਕਿ ਬੱਚਾ ਕਿੰਨਾ ਕੁ ਹੋਣਹਾਰ ਅਤੇ ਕਿੰਨਾ ਕੁ ਪੜ੍ਹਨ ਦੇ ਵਿੱਚ ਕਾਬਲ ਹੋਊਗਾ। ਤਾਂ ਉਸ ਦੀ ਜਿਹੜੀ ਅਸੀਂ ਬੁੱਧੀ ਦੀ ਤੀਵਰਤਾ ਸੀਗੀ ਵੀ ਉਹ ਕਿੰਨਾ ਕੁ ਇੰਟੈਲੀਜੈਂਟ ਆ, ਉਸ ਨੂੰ ਅਸੀਂ ਇੱਕ ਮਾਪਦੰਡ ਕੀਤਾ ਵੀ ਜੇ ਕਿਸੇ ਬੱਚੇ ਦੀ 120 ਇੰਟੈਲੀਜੈਂਸ ਕੁਐਸ਼ਨਟ ਆ ਤਾਂ ਉਹ ਬਹੁਤ ਸਿਆਣਾ, ਫਿਰ ਜੇ ਕਿਸੇ ਦੀ 140 ਆ ਤਾਂ ਉਹ ਉਦੋਂ ਵੀ ਸਿਆਣਾ, ਤਾਂ ਜੇ ਕਿਸੇ ਦੀ 150 ਦੇ ਕਰੀਬ ਇੰਟੈਲੀਜੈਂਟ ਕੁਐਸ਼ਨਟ ਆ ਤਾਂ ਉਹ IAS ਆਫਿਸਰ ਜਾਂ IPS ਆਫਿਸਰ ਬਣ ਸਕਦਾ ਜਾਂ ਸਾਇੰਟਿਸਟ ਬਣ ਸਕਦਾ ਜਾਂ ਆਈਨਸਟਾਈਨ ਜਿਵੇਂ ਸੀਗਾ ਉਹਦੀ ਕਹਿੰਦੇ ਵੀ ਕਾਫੀ ਹਾਈ ਇੰਟੈਲੀਜੈਂਟ ਕੁਐਸ਼ਨ ਸੀ ਅਤੇ ਇਸ ਕਰਕੇ ਉਹ ਬ੍ਰਿਲੀਅੰਟ ਬੰਦਾ ਮੰਨਿਆ ਜਾਂਦਾ ਸੀ। ਸੋ ਜਦੋਂ ਫਿਰ ਇਹ ਚੀਜ਼ਾਂ ਸਾਹਮਣੇ ਆਈਆਂ, ਸਾਇੰਸ ਨੇ ਕਿਹਾ ਵੀ ਹਾਂ ਅਸੀਂ ਇੰਟੈਲੀਜੈਂਸ ਨੂੰ ਨਾਪ ਸਕਦੇ ਹਾਂ ਅਤੇ ਅਸੀਂ ਦੱਸ ਸਕਦੇ ਹਾਂ ਕਿ ਬੱਚੇ 'ਚ ਇੰਟੈਲੀਜੈਂਸ ਕਿੰਨੀ ਆ, ਤਾਂ ਸਾਰੀ ਦੁਨੀਆ 'ਚ ਇਹ ਕੋਸ਼ਿਸ਼ ਹੋਣ ਲੱਗ ਗਈ ਕਿ ਅਸੀਂ ਬੱਚੇ ਦੀ ਇੰਟੈਲੀਜੈਂਸ ਕਿਵੇਂ ਵਧਾਈਏ। ਤਾਂ ਤੁਸੀਂ ਛੋਟੇ ਹੁੰਦੇ ਵੀ ਸੁਣਿਆ ਹੋਣਾ ਕਿ ਆਪਣੇ ਬਜ਼ੁਰਗ ਕਹਿੰਦੇ ਹੁੰਦੇ ਸੀ ਵੀ ਜੇ ਬਦਾਮ ਖਾਓ ਤਾਂ ਦਿਮਾਗ ਤੇਜ਼ ਹੁੰਦਾ, ਤਾਂ ਆਪਣੇ ਜਿਵੇਂ ਇਹ ਔਰ ਇਹ ਉਹਨਾਂ ਨੇ ਜਾਣੀ ਪੁਰਾਣੇ ਜ਼ਮਾਨੇ ਤੋਂ ਇਹ ਕੁਛ ਨਾ ਕੁਛ ਉਹਨਾਂ ਨੇ ਮਾਪਦੰਡ ਕੀਤੇ ਹੋਏ ਸੀ ਵੀ ਕਿਹੜੀ ਚੀਜ਼ ਖਾਈਏ ਜਿਹਦੇ ਨਾਲ ਦਿਮਾਗ ਜ਼ਿਆਦਾ ਸ਼ਾਰਪ ਹੋਵੇ ਅਤੇ ਜ਼ਿਆਦਾ ਤੀਬਰਤਾ ਨਾਲ ਕੰਮ ਕਰੇ ਅਤੇ ਜ਼ਿਆਦਾ ਤੁਸੀਂ ਉਹਨੂੰ ਕਹਿ ਸਕਦੇ ਹੋ ਵੀ ਉਹ ਸਿਆਣਾ ਹੋਵੇ। ਹੁਣ ਜਦੋਂ ਤਕਰੀਬਨ ਅੱਜ ਤੋਂ 20 ਸਾਲ ਪਹਿਲਾਂ ਇੱਕ ਨਵੀਂ ਰੀਸਰਚ ਹੋਣੀ ਸ਼ੁਰੂ ਹੋਈ ਵੀ ਇਹ ਤਾਂ ਠੀਕ ਆ ਜੇ ਕਿਸੇ ਬੱਚੇ 'ਤੇ ਦੀ ਇੰਟੈਲੀਜੈਂਸ ਬਹੁਤ ਜ਼ਿਆਦਾ ਆ ਤਾਂ ਉਹ IAS ਆਫਿਸਰ ਬਣ ਜੂ, ਪਰ ਕੀ ਉਹ ਇੱਕ ਸਫਲ IAS ਆਫਿਸਰ ਬਣੂਗਾ? ਹੁਣ ਇਹਦੇ ਬਾਰੇ ਉਹਨਾਂ ਨੇ ਗੌਰ ਕਰਨਾ ਸ਼ੁਰੂ ਕੀਤਾ। ਉਹਨਾਂ ਨੇ ਕਿਹਾ ਵੀ ਹਾਂ, ਜਿਹੜਾ ਪੜ੍ਹਨਾ ਲਿਖਣਾ, ਪੜ੍ਹਾਈ ਕਰਨੀ, ਕਿਸੇ ਐਗਜ਼ਾਮ 'ਚ ਪਾਸ ਕਰਨਾ, ਕਿਸੇ ਚੀਜ਼ ਨੂੰ ਆਪਣੀ ਯਾਦਾਸ਼ ਦੇ ਨਾਲ ਰੱਟੇ ਲਾ ਲੈਣੇ, ਉਹ ਇੱਕ ਸਿਆਣਪ ਆ ਦਿਮਾਗ ਦੀ। ਪਰ ਉਹਦੇ ਨਾਲ ਕੋਈ ਕਹਿੰਦੇ ਗਰੰਟੀ ਨਹੀਂ ਸੀ ਹੋ ਸਕਦੀ ਕਿ ਉਹ ਇੱਕ ਸਫਲ IAS ਆਫਿਸਰ ਬਣੂ ਜਾਂ IPS ਆਫਿਸਰ ਬਣੂ, ਕਿਉਂਕਿ ਤੁਸੀਂ ਆਪਣੀ ਜਾਣੀ ਮੈਮਰੀ ਨਾਲ, ਯਾਦਾਸ਼ ਨਾਲ ਤੁਸੀਂ ਸਾਰੀਆਂ ਕਿਤਾਬਾਂ ਪੜ੍ਹ ਲਈਆਂ, ਯਾਦ ਕਰ ਲਿਆ, ਤੁਹਾਨੂੰ ਉਹਨਾਂ ਦੇ ਕੁਐਸਚਨਸ ਵੀ ਲਿਖਤੇ, ਉਹਦੇ ਬੇਸ 'ਤੇ ਉਹਨਾਂ ਨੇ ਤੁਹਾਨੂੰ ਇਵੈਲੂਏਟ ਕਰਕੇ ਤੁਹਾਨੂੰ IAS ਆਫਿਸਰ ਬਣਾਤਾ। ਹੁਣ ਤੁਸੀਂ IAS ਆਫਿਸਰ ਬਣ ਗਏ, ਹੁਣ ਤੁਸੀਂ ਉੱਚ ਪੱਧਰ 'ਤੇ ਪਹੁੰਚ ਗਏ, ਤੁਸੀਂ ਹੈ ਨਾ, ਪਰ ਹੁਣ ਬਾਕੀ ਦੀ ਜਿਹੜੀ ਸਾਰੀ ਦੁਨਿਆਵੀ ਜ਼ਿੰਦਗੀ ਆ ਉਹਦੇ ਵਿੱਚ ਕਦੀ ਯਾਦਾਸ਼ ਤਾਂ ਕੰਮ ਨਹੀਂ ਆਉਂਦੀ, ਉਹਦੇ ਵਿੱਚ ਤਾਂ ਮੁਸ਼ਕਲਾਂ ਕਿਵੇਂ ਆਪਾਂ ਨੇ ਹੱਲ ਕਰਨੀ ਆ, ਤੁਹਾਡੇ ਹਸਬੈਂਡ ਵਾਈਫ ਦਾ ਰਿਲੇਸ਼ਨਸ਼ਿਪ ਕਿਵੇਂ ਹੋਊਗਾ, ਬੱਚਿਆਂ ਦੇ ਨਾਲ ਤੁਹਾਡੀ ਰਿਲੇਸ਼ਨਸ਼ਿਪ ਕਿਵੇਂ ਹੋਊਗਾ, ਤੁਸੀਂ ਮੁਸ਼ਕਲਾਂ ਦਾ ਹੱਲ ਕਿਵੇਂ ਕਰੋਗੇ, ਤੁਹਾਨੂੰ ਅਗਰ ਕੋਈ ਚੀਜ਼ ਚੰਗੀ ਨਹੀਂ ਆਉਂਦੀ ਤਾਂ ਤੁਹਾਡਾ ਮਨ ਉਦਾਸ ਹੁੰਦਾ ਤਾਂ ਉਸ ਫੀਲਿੰਗਸ ਨੂੰ ਤੁਸੀਂ ਸਾਂਭਣਾ ਕਿਵੇਂ ਆ? ਫਰਜ਼ ਕਰ ਲਓ ਕਿਸੇ ਨੇ ਤੁਹਾਡੀ ਨਿੰਦਾ ਕਰਤੀ, ਕਿਸੇ ਨੇ ਚੁਗਲੀ ਕਰਤੀ, ਤੁਹਾਨੂੰ ਹੁਣ ਇੰਨਾ ਜ਼ਿਆਦਾ ਗੁੱਸਾ ਆ ਗਿਆ ਹੈ, ਤੁਸੀਂ IAS ਆਫਿਸਰ 'ਤੇ ਅਗਲੇ ਨੂੰ ਗਾਲਾਂ ਕੱਢਤੀਆਂ ਅਤੇ ਤੁਹਾਡੀ ਰੈਪੂਟੇਸ਼ਨ ਡਾਊਨ ਹੋ ਗਈ ਵੀ ਇੱਕ ਇਹੋ ਜਿਹਾ IAS ਆਫਿਸਰ ਇਹ ਤਾਂ ਗਾਲਾਂ ਹੀ ਕੱਢੀ ਜਾਂਦਾ। ਉਹਨਾਂ ਨੇ ਫਿਰ ਜਦੋਂ ਇਸ ਚੀਜ਼ ਨੂੰ ਗੌਰ ਕੀਤਾ, ਉਹਨਾਂ ਨੇ ਕਿਹਾ ਵੀ ਹਾਂ ਠੀਕ ਆ, ਇੰਟੈਲੀਜੈਂਸ ਹੋਣਾ ਬਹੁਤ ਚੰਗੀ ਚੀਜ਼ ਆ, ਪਰ ਇਹਦੇ ਨਾਲ ਭਾਵਨਾਤਮਕ ਤੌਰ 'ਤੇ ਵੀ ਸਿਆਣਾ ਹੋਣਾ ਬਹੁਤ ਜ਼ਰੂਰੀ ਆ। ਇਹ ਇੱਕ ਨਵਾਂ ਕੌਨਸੈਪਟ ਆ, ਇਹ ਆਪਣੀ ਹਜੇ ਕਮਿਊਨਿਟੀ ਨੇ ਇਹਦੇ 'ਤੇ ਕੋਈ ਖਾਸ ਜਾਣੀ ਮਾਪਿਆਂ ਨੇ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਬੱਚੇ 'ਚ ਇੱਕ ਭਾਵਨਾਤਮਕ ਤੌਰ 'ਤੇ ਸਿਆਣਾਪਣ ਕਿਵੇਂ ਪੈਦਾ ਕੀਤਾ ਜਾਵੇ।
तो अज जिहड़ा मेरा ख्याल च सारी जिहड़ी डिस्कशन होगी वो ये हो कि जिहड़ी तां रब्बी बख्शिश हुंदी आ बच्चे ते भई वह पढ़न नूं बहुत चंगा उहदे ए प्लस नंबर आ जांदे आ उह बड़ी देर उन्होंने पढ़ने की भी नहीं लोड़ पैंदी वो देख दूख के करके तो वह सारा कुछ सीख लैंदा ते तुसी ऐसे मापे बड़े खुश हो जाने भी देखो साढ़े बच्चे ने ए प्लस ले आंदा लेकिन उहदे नाल अजकल वह यह कहिंदे आ भी ये कोई गरंटी नहीं ये बैटर आ भी जे थोड़े बी प्लस आ जाए जां सी आ जाए वो बैटर आ जे थोड़े च इमोशनल इंटैलीजेंस आ क्योंकि तुसी अपनी जिंदगी बड़ी आनंद नाल गुजार सकते हो जे तुसी बी जां सी लिया प्लस थोड़ी इंटा इमोशनल इंटैलीजेंस बड़ी तगड़ी आ ये दोनों चीज़ों का जिहड़ा मेल आदे बारे अज आप थोड़ी जी डूंघाई दे विच गल करते हैं ये जिहड़ा मेल हैगा कि किवें एक इमोशनल इंटैलीजेंस है तो एक जिहड़ी साड़ी नॉर्मल मैमोराइजेशन वाली इंटैलीजेंस है इहदा जिहड़ा डिफरेंस हैगा वो जिहड़ी अज की जनरेशन है वह समझती है बट ये जिहड़ी ये जब गल वो अपने पेरेंट्स नूं या ग्रैंड पेरेंट्स नूं बह के समझाने की कोशिश करते हैं कि देखो जी मैं एवरेज हैगा ठीक है मैं स्टडीज़ च मे बी मैं इन्ना इंटैलीजेंट नहीं हैगा बट मेरे को स्किल्स ने आई कैन यूज़ दैट स्किल्स बिल्कुल बट वो चीज़ स्कूल टाइम दे या स्कूल लेवल दे पेरेंट्स लाइक कॉम्प्रीहेंड नहीं कर सकते अंडरस्टैंड नहीं कर पाते कि साडा बच्चा इदा की गल कर क्यों रहा है राइट राइट क्वेश्चन वो अपन कुछ इस तरीके देखनी आ क्योंकि जिस सोसाइटी तो आप आए हाँ उस सोसाइटी के चीज़ डोमीनेट कर गई कि बच्चा किसी तरीके पढ़ के गौरमेंट की जॉब ले लवे तो उसकी सारी उम्र सुखाली हो जाऊ सो हुण पूरे इंडिया के इस चीज़ का बच्चों पर प्रैशर पैंदा कि उन्होंने टॉप लैवल पोजिशन किमें लैनिया गौरमेंट दियाँ क्योंकि एक बार गौरमेंट की जॉब ले ली तो थोड़ी जिंदगी सैट आ बस ये दिमाग के घर किया हो पिछले मेरे ख्याल से 15-20 साल यह भी हुण नाल नाल हो गया कि जे तुसी किसी चंगी यूनिवर्सिटी चो MBA करोगे हो सकता थोनू किसी मल्टीनैशनल कारपोरेशन थोनू चीफ एग्जैक्टिव ऑफिसर या चीफ ऑपरेटिंग ऑफिसर या चीफ फाइनैशियल ऑफिसर बना लिया जाए तो उत्थे भी थोनू बड़ा तगड़ा पैकेज मिल सकता है ना कि कई बार मैं देखा सी जिहड़े IIT चो MBA टॉप करके निकलते आ उन्होंने 65-60 crore का पैकेज मिल जाता राइट सो इहदा मतलब हुण कुछ ऐसिया जॉबां भी हैगियां जिहड़ियां कि बिना गौरमेंट दे भी थोड़ी नौकरी चंगी हो सकती है अच्छा एक एक तां इह सीगा जिहड़े मापे आ जदों उन्होंने कहने भी साढ़े कोल जिंदगी जीवन दियाँ बहुत सारिया महारतां जानी स्किल्स आ वो पेरेंट्स कहते भी तैनू ये स्किल्स की लोड़ की है तू चंगी भली IAS बन के तो पासे हो वह कहते भी मेरे तो IAS नहीं बन होना क्योंकि IAS वास्ते जिहड़ी समझ की लोड़ आ वो मेरे को नहीं गी वो मेरे तो मेरे को स्ट्रेंथ नहीं गई पर मैं आ चीज़ अगर मैं कर लवा तो मेरे को इन सारिया स्किल्स आ कि मैं ये कामयाब हो जाऊँ तो मैं अपनी जिंदगी आनंद न कर लूँ हूँ आ जड़ा स्ट्रगल आ ये जी जदोजहद बच्चों के और मापियां के आने वाले टाइम च होर भी ज़्यादा तिखी होने वाली आ क्योंकि पेरेंट्स का हजे जोड़ा रवैया वो हजे भी उत्थे स्टक आ भी किसी तरीके असी भव ट्यूशन देिए असी भव टीचर अपने घर सदीए जा बच्चों उन्होंने घर लैके जाइए किसी तरीके कर करा के टॉप करके तो ये असी भव सू 20 lakh क्यों ना देना पवे जे IAS बनते जोड़े कोचिंग सेंटर आ उन्होंने असी बच्चे पाइए ताकि वह किसी तरीके मतलब कि IAS कर ले हुण आम तौर पर देखा जाता कि बेइंतहा बच्चे IAS एग्जाम होंगे IPS एग्जाम होंगे होर बहुत सारिया यहोजियाँ टॉप लैवल दियाँ पोजिशन लेकिन किन्ने क बच्चे वह लेंदे हर साल बहुत थोड़े जे लेंदे है ना तो जिहड़े बाकी दे बच्चे आ उन्हां दी हुण इमोशनल इंटैलीजेंस नहीं गी उन्हां दी दूजी इंटैलीजेंस है क्योंकि उन्होंने बाकी दे तां काम ही नहीं किया हुण वह बेचारे जिंदगी दे विच तड़फ रहे आ किन्ना चंगा हुंदा जे वह अपनी जिहड़ी उन्हां दी इंटैलीजेंस आ उहदे नाल नाल इधरले पासे भी कम कर लैंदे सो ये जिहड़ी मतलब कि जिहड़ी चीज़ हैगी जिहड़ी इमोशनल आ मापियां नूं ये चीज़ समझनी चाहीदी आ और अजकल जिहड़ी नवीं रिसर्च आ रही आ उहदे विच जिन्ने भी CEOs बनते आ जिन्ने भी टॉप लैवल दे फाइनैंशियल ऑफिसर्स हुंदे आ वाइस प्रेजिडेंट्स हुंदे आ कंपनियां दे तकरीबन उन्हां दी
एक्सेलेंस नहीं देखते, वो देखते भी ये इमोशनल इंटैलीजेंस की आ, भी कि यह एक दूजे के नाल मिल के काम कर सकता, कि यह किसी जानी टाइम लगा के किसी सिखा सकता, कि यह जे अगले बंदे ने कोई गलती की तो उसनू कोचिंग कर सकता। ये जड़िया सारिया क्वालिटीज़ आ एक ह्यूमन बीइंग च अपनी कंपनी दे विच रहिंदे होए अगे वधण दियां, यह इमोशनल इंटैलीजेंस नाल हुंदियां, ये दूजी इंटैलीजेंस नाल नहीं आदियां। बई जे मैं पढ़ के तो ए प्लस लै ली तो फिर हुण मैनू रहना सहना भी आ गया, मैं एक चंगा हसबेंड जां वाइफ भी बन गया, मैनू गुस्सा भी घट आऊगा, मैं जिंदगी च डिसीजनस बिल्कुल सही करूँगा। ये सारिया की कोई गरंटी नहीं होंगी, ये सिर्फ इमोशनल इंटैलीजेंस नाल ही होंदा। मतलब कि जिहड़ा साडा नॉर्मल इंटैलीजेंस है वह एक तरीके से सक्सैस का मेजरमेंट बन गया। हाँ जी, बट बाकी जिहड़े साडे होर स्किल्स ने इमोशनल इंटैलीजेंस ने वह ड्यूरिंग दिस पीरियड ब्लर हो गए ने। अज जे मैं गल करा लाइक मेरे भी परिवार छोटे छोटे बच्चे ने जी, उन्हां दे जिहड़े पेरेंट्स ने उन्हां नूं भी अज भी वह कहिंदे ने कि तुसी आई बनना है, तुसी डॉक्टर ही बनना है, तुसी इंजीनियर ही बनना है। जिहड़े बाकी दे स्किल्स ने लाइक एक तरीके ते वह बस किताबां मूहरे बैठे रहिंदे ने सारा टाइम, सवेरे सवेरे स्कूल च पढ़ते रहिंदे ने, फिर करे पढ़ते रहिंदे ने, शाम नूं ट्यूशन से पढ़ते रहिंदे ने। तो जिहड़ा एक मैनूं इदां लगता है कि उन्हां दे जिहड़ा ब्रेन डिवेलपमेंट है उहदे विच भी हार्मफुल है, क्योंकि वह सिर्फ एक तरीके नाल मैमराइजेशन करते पए ने। यह चीज़ जिहड़ी हैगी है एक कीवें किस तरीके नाल पेरेंट्स की पेरेंट्स के सामने उन्हां दी नज़रां दे सामने इनविजिबल हो जाती है। मेरे ख्याल ये मेरे अपने सोचण दे अनुसार यह हुंदा कि जिहड़े पेरेंट्स आ उह इस चीज़ नूं तरजीह दिंदे आ भी इस चीज़ नाल कोई फर्क नहीं पैंदा भी तू किवें पढ़िया, तैनू याद आ कि नहीं, तैनू उहदी प्रैक्टिकल एप्लीकेशन करनी भी आती आ कि नहीं, इहदा कोई फर्क नहीं गा, तू बस रटे ला ला। तैनू एग्जाम च क्वेश्चन आ गया भी स्काई ब्लू क्यों आ, भी नीले रंग का क्यों आ, तो तू पढ़ लिया साइंस चो भी इस करके नीले रंग का, चुप करके लिख देना। हुण उहदे पिछे किहड़ी साइंस आ, क्यों आ वो हरा क्यों नहीं गा, जां दरख्तां दे पत्तियां च जिहड़ा क्लोरोफिल हुंदा वो उहनां नूं हरे करदा, वो कहिंदे तैनूं बाहली डिटेल च जाण दी लोड़ नहीं, तू बस रट्टे ला ला एक बारी तो बस दैट्स इट। तो हुण जदों आपां दुनियावी जिंदगी च देखते हाँ भी आपां दरख्त ही क्यों कट्टी जाने आ, कि एक IAS ऑफिसर वाकया ही अपनी जिंदगी मेहनत करके अपने जिहड़े एरिए जाता उत्थे वह कहता भी ओके मैं हर साल 2500 जानी पौधे लाऊंगा जिहड़े मतलब के आने वाले 10 साल दरख्त बन जाएंगे, ये ऑक्सीजन की उहदे च वो इंटैलीजेंस हैगी कि मैं अपने नेबरहुड च जिथे मेरे को इन्नी पावर आ मैं उत्थे यूज़ करता, अपने देखने नहीं आ रहा। सो इहदा मतलब वह उस अहुदे ते पहुँच गया। लेकिन जिहड़ियां दुनियावी प्रॉब्लम्स आ जिवें फॉर एग्जाम्पल हर एक कम्यूनिटी दे विच इनकलूडिंग कैनेडा च जां होर कुछ ऐसियां परिवार हुंदे आ जिन्हां दे नाल कुछ हादसा हो जांदा ते उहनां दी जिंदगी चलदी 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 ऑल ऑफ ए सडन बिल्कुल डामाडोल हो जांदी आ। उहनां दे वास्ते जद तक हुण इहनां कंट्रियां दे विच जानी बहुत सारिया NGOs बनिया हुई जिहड़ियां उस उन्होंने हैल्प कर सकदियां, पर अपने कंट्री दे विच इस चीज़ का कोई अजे है ही नहीं गा बई असी किस तरीके नाल ये जिहड़ी परिवार आल ऑफ सडन इन्हां दा कोई कसूर नहीं सी, किसी का एक्सीडेंट हो गया, उहदे हसबेंड की डैथ होगी, उही कमाण वाला सी, होर हुण कोई कमाण वाला नहीं, हुण उह अपना घर किवें चलाऊ। उह जिहड़ा सारा सिस्टम आ वह जी इमोशनल इंटैलीजेंस होंगी भी मेरे आले दुआले की हो रहा। हूँ अगर आप बच्चे ट्रेन ही नहीं करा कि साढ़े आले दुआले की हो रहा तो फिर वह तो किताबा ही बस पढ़ी जाऊगा तो उन्होंने प्रैक्टिकली आना ही नहीं भी मैं इनू इंप्लीमेंट किमें करा, जो कुछ मैं सीख रहा वो मेरी प्रैक्टिकल लाइफ के किमें होना वो नाल मेरा ख्याल डिसकनैक्ट हो के जी सोसाइटी आदि उच्च अहद्या भी पहुँच के कुछ खास काम नहीं कर सकते। एक गल सिर्फ पेरेंट्स दे तक एंड नहीं हो जाती, ये स्कूल्स का भी इस बहुत बड़ा रोल है। अजकल स्कूल्स ने जड़े वो मोर
ਧਿਆਨ ਦਿੰਦੇ ਨੇ, ਲਾਈਕ ਉਹਨਾਂ ਦਾ ਧਿਆਨ ਇੱਦਾਂ ਰਹਿੰਦਾ ਕਿ ਸਾਡੀ ਰੈਪੂਟੇਸ਼ਨ, ਸਾਡੀ ਇਮੇਜ ਕਿਵੇਂ ਬਣੀ ਰਹੇ ਕਿ ਸਾਡੇ ਸਕੂਲ ਦੇ ਇੰਨੇ ਸਾਰੇ ਬੱਚਿਆਂ ਨੇ ਟੌਪ ਸਕੋਰ ਕੀਤਾ ਹੈ ਕਿ ਉਹ ਸਟੇਟ 'ਚ ਇੰਨੇ ਸਾਰੀ ਪਰਸੈਂਟੇਜ ਆਈ ਹੈ ਸਾਡੇ ਟੌਪ ਸਕੋਰ 'ਚ ਜੀ। ਬਟ ਇਸ ਚੀਜ਼ 'ਚ ਉਹ ਇਹ ਚੀਜ਼ ਇਗਨੋਰ ਕਰਦੇ ਨੇ ਕਿ ਉਹ ਬੱਚਿਆਂ ਨੂੰ ਇੱਕ ਰੈਟ ਰੇਸ ਲਈ ਤਿਆਰ ਕਰ ਰਹੇ ਨੇ, ਜਿਹੜੀ ਦੁਨੀਆ ਦੀ ਇੱਕ ਰੇਸ ਚੱਲਦੀ ਪਈ ਹੈ ਕਿ ਪੈਸਾ ਕਮਾ ਲਿਆ, ਡੋਲਰਸ ਕਮਾ ਲਏ, ਠੀਕ ਹੈ, ਅਤੇ ਘਰ ਲੈ ਲਿਆ, ਸੈਟਲ ਹੋ ਗਏ, ਉਸ ਚੀਜ਼ ਲਈ ਤਿਆਰ ਕਰ ਰਹੀ ਹੈ। ਬਟ ਜਿਹੜੀ ਅਸਲੀ ਪ੍ਰੋਬਲਮਸ ਨੇ ਉਹ ਤਾਂ ਕਿਤੇ ਵੀ ਨਹੀਂ ਸਿਖਾਈ ਜਾਂਦੀਆਂ ਨਹੀਂ। ਸੋ ਇਸੇ ਕਰਕੇ ਮੇਰਾ ਖਿਆਲ 'ਚ ਇਹ ਬਹੁਤ ਜ਼ਰੂਰੀ ਆ ਕਿ ਆਪਾਂ ਅਗਰ ਦੇਖਿਆ ਜਾਵੇ ਕਿ ਆਪਾਂ ਅੱਜ ਦੇ 2023 'ਚ 2023 'ਚ ਇੰਨੀਆਂ ਮੁਸ਼ਕਲਾਂ ਦੇ ਵਿੱਚ ਇੱਕ ਸੋਸਾਇਟੀ ਕਿਉਂ ਫਸੀ ਹੋਈ ਆ। ਇਹ ਸੋਸਾਇਟੀ ਇੱਕ ਪਾਸੇ ਤਾਂ ਇੰਨੀ ਤਰੱਕੀ ਕਰ ਰਹੀ ਆ, ਇੱਕ ਪਾਸੇ ਤਾਂ ਅਸੀਂ ਚੰਦ 'ਤੇ ਪਹੁੰਚੇ ਹੋਏ ਹਾਂ, ਦੂਸਰੇ ਪਾਸੇ ਸਾਡੇ ਕੋਲ ਕਲਾਈਮੇਟ ਹੀ ਨਹੀਂ ਸਾਂਭੀ ਜਾ ਰਹੀ, ਦੂਜੇ ਪਾਸੇ ਆਪਾਂ ਨੂੰ ਪਤਾ ਕਿ ਪਾਣੀ ਜ਼ਿਆਦਾ ਆ ਜਾਂਦਾ, ਇੰਨਾ ਜ਼ਿਆਦਾ ਪਾਣੀ ਆ ਜਾਂਦਾ ਕਿ ਸਾਂਭ ਨਹੀਂ ਹੁੰਦਾ, ਫਿਰ ਕਈ ਵਾਰੀ ਕਿਤੇ ਬਾਰਿਸ਼ ਹੀ ਨਹੀਂ ਪੈਂਦੀ, ਉਹ ਸੋਕੇ ਨਾਲ ਹੀ ਆਪਣਾ ਕੰਮ ਖਰਾਬ ਹੋ ਜਾਂਦਾ। ਫਿਰ ਅਸੀਂ ਤੁਸੀਂ ਦੇਖ ਲਓ ਵੀ ਅਸੀਂ ਖੁਦ ਇੰਨੀਆਂ ਜ਼ਿਆਦਾ ਕਾਰਾਂ ਪ੍ਰੋਡਿਊਸ ਕਰ ਰਹੇ ਹਾਂ ਕਿ ਸਾਡੇ ਤੋਂ ਪੋਲਿਊਸ਼ਨ ਨਹੀਂ ਸਾਂਭੀ ਜਾ ਰਹੀ। ਇਹਦਾ ਮਤਲਬ ਜੇ ਅਸੀਂ ਸਿਆਣੇ ਹੁੰਦੇ ਤਾਂ ਅਸੀਂ ਰੁਕ ਕੇ ਇੱਕ ਮਿੰਟ ਵਾਸਤੇ ਸੋਚਣਾ ਨਹੀਂ ਸੀ ਪੂਰੀ ਸੋਸਾਇਟੀ ਨੇ ਵੀ ਯਾਰ ਅਸੀਂ ਜਾ ਕਿੱਧਰ ਨੂੰ ਰਹੇ ਹਾਂ, ਅਸੀਂ ਖੁਦ ਹੀ ਆਪਣੇ ਆਪ ਨੂੰ ਤਬਾਹ ਕਰ ਰਹੇ ਹਾਂ। ਉਹ ਇਮੋਸ਼ਨਲ ਇੰਟੈਲੀਜੈਂਸ ਆ ਜਦੋਂ ਤੁਸੀਂ ਬੈਠ ਕੇ ਇਹ ਦੇਖਦੇ ਹੋ ਵੀ ਹਾਂ ਠੀਕ ਆ ਤਰੱਕੀ ਹੋ ਰਹੀ ਆ, ਬੇ ਇੰਤਹਾ ਕਾਰਾਂ ਬਣ ਰਹੀਆਂ, ਜੋਬਸ ਮਿਲ ਰਹੀਆਂ, ਹਰ ਇੱਕ ਬੰਦਾ ਅਮੀਰ ਹੋ ਰਿਹਾ, ਪਰ ਜੇ ਇਹ ਧਰਤੀ ਹੀ ਨਾ ਰਹੀ, ਇੰਨਾ ਜ਼ਿਆਦਾ ਅਸੀਂ ਕਲਾਈਮੇਟ ਨੂੰ ਪ੍ਰਦੂਸ਼ਣ ਕਰ ਲਿਆ ਕਿ ਇੰਨੀ ਜ਼ਿਆਦਾ ਗਰਮੀ ਪੈ ਗਈ ਜਾਂ ਇੰਨਾ ਜ਼ਿਆਦਾ ਪਾਣੀ ਆ ਗਿਆ ਜਾਂ ਇੰਨੀ ਜ਼ਿਆਦਾ ਠੰਡ ਪੈ ਗਈ ਕਿ ਅਸੀਂ ਸਰਵਾਈਵ ਹੀ ਨਾ ਕਰ ਸਕੇ, ਤਾਂ ਫਿਰ ਉਹਦੇ 'ਚ ਆਪਾਂ ਨੇ ਪੈਸੇ ਬਣਾ ਕੇ ਅਤੇ ਉਹ ਸਾਰੀਆਂ ਚੀਜ਼ਾਂ 'ਚੋਂ ਕੀ ਮਿਲੂਗਾ। ਉਹ ਮੇਰਾ ਖਿਆਲ 'ਚ ਜਿਹੜੀ ਇਮੋਸ਼ਨਲ ਰੈਗੂਲੇਸ਼ਨ ਆ ਉਹ ਚੀਜ਼ ਜਾਂ ਹੁਣ ਹਜੇ ਕੰਮ ਸ਼ੁਰੂ ਹੋਇਆ ਔਰ ਆਉਣ ਵਾਲੇ ਟਾਈਮ ਦੇ ਵਿੱਚ ਮੈਨੂੰ ਲੱਗਦਾ ਕਿ ਇਹ ਜਿਹੜੀ ਇਮੋਸ਼ਨਲ ਇੰਟੈਲੀਜੈਂਸ ਆ ਇਹਦੇ 'ਤੇ ਮਾਪਿਆਂ ਨੂੰ ਵੀ ਹੋਰ ਜ਼ਿਆਦਾ ਤਵੱਜੋ ਦੇਣੀ ਚਾਹੀਦੀ ਆ ਕਿ ਅਸੀਂ ਆਪਣੇ ਬੱਚੇ 'ਚ ਇਮੋਸ਼ਨਲ ਇੰਟੈਲੀਜੈਂਸ ਕਿਵੇਂ ਡਿਵੈਲਪ ਕਰੀਏ ਤਾਂ ਕਿ ਉਹ ਪੜ੍ਹੇ ਵੀ, ਉਹ ਪੜ੍ਹ ਕੇ ਕ੍ਰਿਟੀਕਲ ਥਿੰਕਰ ਵੀ ਬਣੇ ਅਤੇ ਉਹਨੂੰ ਆਪਣੀਆਂ ਫੀਲਿੰਗਸ ਵੀ ਰੈਗੂਲੇਟ ਕਰਨੀਆਂ ਹੋਣ, ਉਹਨੂੰ ਇਹ ਪਤਾ ਹੋਵੇ ਵੀ ਮੈਂ ਇਹ ਨਹੀਂ ਕਿ ਮੈਂ ਉਦਾਸ ਹੋ ਕੇ ਦੇਵਦਾਸ ਬਣ ਕੇ ਅਤੇ ਮੈਨੂੰ ਕੋਈ ਪ੍ਰੋਬਲਮ ਹੋਈ ਅਤੇ ਮੈਂ ਹੁਣ ਚੱਕ ਕੇ ਸ਼ਰਾਬ ਹੀ ਪੀ ਜਾਵਾਂ ਜਾਂ ਮੈਂ ਆਤਮ ਹੱਤਿਆ ਹੀ ਕਰ ਲਾਂ। ਆਪਣੇ ਕੋਲ ਕਿੰਨੇ ਬੱਚੇ ਆਉਂਦੇ ਆ, ਇੰਡੀਆ ਦੇ ਵਿੱਚ ਇੱਕ ਰਿਪੋਰਟ ਮੈਂ ਪੜ੍ਹੀ ਸੀ ਕਿ ਜਦੋਂ ਉਹ ਕੋਈ ਐਗਜ਼ਾਮ ਦਿੰਦੇ ਆ ਤਾਂ ਉਹਨਾਂ ਨੇ ਜਿੰਨਾ ਸੋਚਿਆ ਹੋਊਗਾ ਵੀ ਮੈਂ ਉਨਾ ਵਧੀਆ ਕਰੂੰਗਾ, ਉਨਾ ਵਧੀਆ ਉਹਨਾਂ ਦਾ ਰਿਜ਼ਲਟ ਨਹੀਂ ਆਉਂਦਾ ਅਤੇ ਉਹ ਆਪਣੀ ਖੁਦਕੁਸ਼ੀ ਕਰ ਲੈਂਦੇ ਆ। ਇਹ ਕਿਹੋ ਜਿਹਾ ਸਿਸਟਮ ਆ, ਰਾਈਟ? ਇਹਦਾ ਮਤਲਬ ਅਸੀਂ ਉਸ ਬੱਚੇ ਨੂੰ ਇਮੋਸ਼ਨਲ ਰੈਗੂਲੇਸ਼ਨ ਹੀ ਨਹੀਂ ਸਿਖਾਈ ਵੀ ਕੋਈ ਫਰਕ ਨਹੀਂ ਪੈਂਦਾ ਪੁੱਤ, ਜੇ ਤੇਰੇ ਨੰਬਰ ਨਹੀਂ ਵੀ ਆਏ ਕੋਈ ਫਰਕ ਨਹੀਂ ਗਾ, ਆਪਾਂ ਫਿਰ ਇੱਕ ਅਟੈਂਪਟ ਕਰ ਲਾਂਗੇ ਜਾਂ ਆਪਾਂ ਕਿਸੇ ਹੋਰ ਪਾਸੇ ਚਲੇ ਜਾਵਾਂਗੇ। ਜ਼ਿੰਦਗੀ ਤਾਂ ਬਹੁਤ ਵਧੀਆ, ਇਹ ਤੇਰੀ ਇਕੱਲੀ ਉਹ ਸਿਰਫ ਪੜ੍ਹਾਈ ਦਾ ਹੀ ਸਿਰਫ ਕੰਮ ਨਹੀਂ ਗਾ ਨਾ, ਪਰ ਜੇ ਅਸੀਂ ਬੱਚੇ ਨੂੰ ਇਹ ਸਿਖਾਇਆ ਨਹੀਂ ਵੀ ਮੁਸ਼ਕਲਾਂ ਨੂੰ ਕਿਵੇਂ ਓਵਰਕਮ ਕਰਨਾ, ਅਤੇ ਉਹਦੇ ਵਾਸਤੇ ਤਾਂ ਉਹਦਾ ਸਾਰਾ ਕੁਛ ਹੀ ਟੁੱਟ ਗਿਆ ਕਿਉਂਕਿ ਉਹਨੇ ਤਾਂ ਸਾਰਾ ਕੁਛ ਹੀ ਇਨਵੈਸਟਮੈਂਟ ਕੀਤੀ ਸੀ, ਹੋਰ ਕੁਛ ਉਹਨੂੰ ਤੁਸੀਂ ਦੱਸਿਆ ਹੀ ਨਹੀਂ। ਤੁਸੀਂ ਤਾਂ ਕਿਹਾ ਵੀ ਜੇ ਤੇਰੇ ਆਹ ਨੰਬਰ ਆ ਗਏ ਤਾਂ ਤੂੰ ਆਹ ਹੋ ਜਾਏਗਾ, ਹੁਣ ਉਹਦੇ ਨੰਬਰ ਆਏ ਨਹੀਂ, ਉਹਨੇ ਵਿਚਾਰੇ ਨੇ ਆਪਣਾ ਸਾਰਾ ਜ਼ੋਰ ਲਾਤਾ ਅਤੇ ਉਹ ਕਹਿੰਦਾ ਵੀ ਹੁਣ ਮੇਰਾ ਤਾਂ ਜਿਉਣ ਦਾ ਕੋਈ ਫਾਇਦਾ ਹੀ ਨਹੀਂਗਾ। ਆਹ ਚੀਜ਼ਾਂ ਇਹ ਬਹੁਤ ਇੰਪੋਰਟੈਂਟ ਆ ਔਰ ਆਉਣ ਵਾਲੇ ਟਾਈਮ 'ਚ ਮੈਨੂੰ ਲੱਗਦਾ ਵੀ ਇਹ ਜ਼ਿਆਦਾ ਹੋ ਰਹੀਆਂ ਕਿਉਂਕਿ ਡਿਸਅਪੁਆਇੰਟਮੈਂਟ ਜਿਹੜੀਆਂ ਜ਼ਿਆਦਾ ਹੁੰਦੀਆਂ ਜਦੋਂ ਟੀਨੇਜਰ 'ਚ ਔਰ ਉਹ ਇਸ ਮੁਸ਼ਕਲ ਨੂੰ ਸੋਲਵ ਨਹੀਂ ਕਰ ਸਕਦੇ ਤਾਂ ਫਿਰ ਉਹ ਗਲਤ ਰਸਤੇ 'ਤੇ ਵੀ ਜਾਂਦੇ ਔਰ ਡਰੱਗਜ਼ ਕੰਨੀ ਨੂੰ ਜਾਂਦੇ ਆ, ਸ਼ਰਾਬ ਕੰਨੀ ਨੂੰ ਜਾਂਦੇ ਆ, ਲੜਾਈ ਕੰਨੀ ਨੂੰ ਜਾਂਦੇ ਆ, ਫਿਰ ਉਹ ਉਦਾਸ ਹੋ ਜਾਂਦੇ ਆ, ਫਿਰ ਇੱਕ ਦੂਜੇ ਨਾਲ ਲੜਦੇ ਆ, ਸੋ ਫਿਰ ਬਹੁਤ ਸਾਰੀਆਂ ਹੋਰ ਪ੍ਰੋਬਲਮਸ ਨਿਕਲ ਕੇ ਆਉਂਦੀਆਂ ਸਾਹਮਣੇ। ਔਰ ਉਹਦਾ ਬੇਸਿਕਲੀ ਇਹੀ ਆ ਕਿ ਅਸੀਂ ਆਪਣੇ ਬੱਚਿਆਂ ਨੂੰ ਟ੍ਰੇਨ ਹੀ ਨਹੀਂ ਕੀਤਾ ਕਿ ਜ਼ਿੰਦਗੀ ਆ, ਜ਼ਿੰਦਗੀ ਦੇ ਵਿੱਚ ਉਤਰਾਅ ਚੜਾਅ ਹੁੰਦੇ ਆ, ਤੁਸੀਂ ਫਿਕਰ ਨਾ ਕਰੋ ਇਸ ਚੀਜ਼ ਦਾ, ਉਸ ਚੀਜ਼ ਦੇ ਬਾਰੇ ਤਾਂ ਅਸੀਂ ਗੱਲ ਹੀ ਨਹੀਂ ਕਰਦੇ, ਬੱਚੇ ਨੂੰ ਟ੍ਰੇਨ ਹੀ ਨਹੀਂ ਕਰਦੇ। ਜੇ ਹੁਣ ਟ੍ਰੇਨਿੰਗ ਦੀ ਗੱਲ ਕੀਤੀ ਜਾਵੇ, ਹੁਣ ਪੇਰੈਂਟਸ ਇੱਦਾਂ ਜਿਵੇਂ ਬੱਚਾ ਛੋਟਾ ਹੁੰਦਾ, ਇੱਕ ਟੋਡਲਰ ਹੁੰਦਾ ਹੈ, ਅਤੇ ਕਿਵੇਂ ਉਸ ਟਾਈਮ ਤੋਂ ਕੀ ਕਿਸ ਚੀਜ਼ 'ਤੇ ਗੌਰ ਕਰ ਸਕਦੇ ਨੇ ਉਹ ਕਿ ਉਹਨਾਂ ਨੂੰ ਸਮਝ ਆਵੇ ਕਿ ਸਾਡਾ ਬੱਚਾ ਇਸ ਵੱਲ ਜਾ ਰਿਹਾ ਹੈ, ਉਹ ਆਪਣੇ ਆਪ ਨੂੰ ਐਕਸਪ੍ਰੈਸ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਅਤੇ ਉਹ ਕਿਵੇਂ ਉਸ ਚੀਜ਼ ਨੂੰ ਪਕੜ ਲਈਏ, ਇੱਦਾਂ ਦਾ ਕੀ ਸਾਡੇ ਕੋਲ ਕੁਝ ਮੈਜਰਮੈਂਟਸ ਹੈਗੀਆਂ ਨੇ? ਸੋ ਗੁਰਸ਼ਨ, ਦੋ ਚੀਜ਼ਾਂ ਆਪਾਂ ਨੂੰ ਕਰਨੀਆਂ ਚਾਹੀਦੀਆਂ ਪੇਰੈਂਟਸ ਨੂੰ। ਇੱਕ ਤਾਂ ਹੈਗਾ ਕਿ ਆਪਣੇ ਕਲਚਰ 'ਚ ਹੈਗਾ ਕਿ ਜਦੋਂ ਬੱਚਾ ਕੁਛ ਕਰਨ ਲੱਗਦਾ, ਕੁਛ ਟਰਾਈ ਕਰਨ ਲੱਗਦਾ, ਆਪਾਂ ਫਟਦੇ ਨੇ ਰੋਕ ਦਿੰਦੇ ਹਾਂ ਵੀ ਨਾ 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 ਨਾ, ਤੋਂ ਪਾਣੀ ਦਾ ਗਲਾਸ ਨਹੀਂ ਚੱਕਣਾ, ਡੁੱਲ ਜੂਗਾ, ਆਪਾਂ ਰੋਕਤਾ ਉਹਨੂੰ ਜਾਣੀ ਅਸੀਂ ਉਹਦੀਆਂ ਐਬਿਲਿਟੀਜ਼ ਨੂੰ ਡਾਊਟ ਕਰਕੇ ਅਸੀਂ ਰੋਕਤਾ ਵੀ ਇਹ ਡੁੱਲ ਜੂਗਾ, ਕਿਉਂਕਿ ਜੇ ਡੁੱਲ ਜੂਗਾ ਤਾਂ ਅਸੀਂ ਤੈਨੂੰ ਇਹ ਕਰਨ ਨਹੀਂ ਦੇਣਾ ਜਦ ਤੱਕ ਤੂੰ ਓਨਾ ਵੱਡਾ ਨਹੀਂ ਹੁੰਦਾ ਕਿ ਤੂੰ ਗਲਾਸ ਨੂੰ ਪਕੜ ਲਏ।
ਉਹ ਕਹਿੰਦਾ ਨਾ ਮੈਂ ਵੱਡਾ ਹੋਊਂਗਾ ਨਾ ਮੈਂ ਪਕੜੂੰਗਾ ਮੈਂ ਪਕੜਨਾ ਹੀ ਨਹੀਂ ਜਾਓ ਤੁਸੀਂ ਮੇਰੇ ਮੂੰਹ ਨਾਲ ਲਾ ਕੇ ਪੜਾ ਦਿਓ ਓਕੇ ਇੱਕ ਇੱਕ ਪ੍ਰੋਬਲਮ ਆ ਆਪਣੇ ਕਲਚਰ 'ਚ ਫਿਰ ਬਹੁਤ ਸਾਰੀਆਂ ਜਦੋਂ ਬੱਚਾ ਛੋਟਾ ਹੋ ਕੇ ਵੱਡਾ ਹੋਣਾ ਸ਼ੁਰੂ ਕਰਦਾ 5 ਸਾਲ ਦਾ ਹੁੰਦਾ ਫਿਰ 6 ਦਾ ਹੋ ਜਾਊਗਾ ਇਸ ਤਰ੍ਹਾਂ ਕਰਕੇ ਉਹਨੇ ਹਰ ਸਾਲ ਉਮਰ 'ਚ 1 ਸਾਲ ਉਹਦਾ ਵੱਧ ਜਾਣਾ ਕੀ ਜਿਹੜੀਆਂ ਜ਼ਿੰਦਗੀ ਦੀਆਂ ਮੁਸ਼ਕਲਾਂ ਆਉਂਦੀਆਂ ਕੀ ਤੁਸੀਂ ਉਹਦਾ ਉਹਦੇ ਉਹਨੂੰ ਕਹਿੰਦੇ ਹੋ ਵੀ ਹੁਣ ਤੁਸੀਂ ਹੱਲ ਕਰੋ ਕਿ ਕੀ ਤੁਸੀਂ ਉਹਦੇ ਵਾਸਤੇ ਹੱਲ ਕਰ ਦਿੰਦੇ ਹੋ ਇੱਕ ਵੱਡੀ ਪ੍ਰੋਬਲਮ ਆ ਇਮੋਸ਼ਨਲ ਇੰਟੈਲੀਜੈਂਸ ਦੀ ਮਿਸਾਲ ਦੇ ਤੌਰ 'ਤੇ ਤੁਹਾਡੇ ਬੱਚੇ ਨੇ ਅੱਜ ਸ਼ੁੱਕਰਵਾਰ ਦਾ ਦਿਨ ਆ ਔਰ ਤੁਹਾਡੇ ਬੱਚੇ ਨੇ ਵੀਕਐਂਡ 'ਤੇ ਕੰਮ ਕਰਨਾ ਕੋਈ ਪ੍ਰੋਜੈਕਟ ਦਾ ਸਕੂਲ ਦਾ ਤੁਸੀਂ ਉਹਨੇ ਤੁਹਾਨੂੰ ਦੱਸਤਾ ਤੁਸੀਂ ਉਹਨੂੰ ਪੁੱਛ ਲਿਆ ਵੀ ਤੇਰੇ ਕੋਲ ਸਾਰਾ ਕੁਛ ਹੈਗਾ ਅਤੇ ਹੁਣ ਉਹ ਸੰਡੇ ਨੂੰ ਤੁਹਾਨੂੰ ਕਹਿ ਰਿਹਾ ਸ਼ਾਮ ਨੂੰ 8-9 ਵਜੇ ਕਿ ਮਮਾ ਮੇਰੇ ਕੋਲ ਤਾਂ ਬ੍ਰਿਸਟਲ ਬੋਰਡ ਹੈ ਨਹੀਂ ਗਾ ਜਿਹਦੇ 'ਤੇ ਮੈਂ ਚਿਪਕਾਉਣੀਆਂ ਸਾਰੀਆਂ ਚੀਜ਼ਾਂ ਮੇਰੇ ਕੱਟੀਆਂ ਪਈਆਂ ਮੇਰੇ ਕੋਲ ਸਾਰਾ ਕੁਛ ਹੈਗਾ ਪਰ ਮੈਨੂੰ ਚੇਤਾ ਹੀ ਨਹੀਂ ਰਿਹਾ ਹੁਣ ਇਹ ਇੱਕ ਪ੍ਰੋਬਲਮ ਆ ਗਈ ਹੁਣ ਇਸ ਪ੍ਰੋਬਲਮ ਦਾ ਹੱਲ ਕਿਵੇਂ ਕਰਨਾ ਕੀ ਤੁਸੀਂ ਫਟਾਫਟ ਕਰੋਗੇ ਵੀ ਚੱਲ ਮੇਰੇ ਨਾਲ ਕਾਰ 'ਚ ਬੈਠ ਚਲੋ ਜੀ ਵਾਲਮਾਰਟ ਜਾ ਕੇ ਜਾਂ ਕਿਸੇ ਹੋਰ ਸਟੋਰ 'ਤੇ ਜਾ ਕੇ ਫਟ ਦੇਣੇ ਜਾ ਕੇ ਲਿਆਉਂਗੇ ਫਿਰ ਨਾਲੇ ਤੁਸੀਂ ਉਹਨੂੰ ਲੈਕਚਰ 'ਤੇ ਹੀ ਜਾ ਰਹੇ ਹੋ ਵੀ ਅੱਗੇ ਤੋਂ ਤੂੰ ਧਿਆਨ ਰੱਖਣਾ ਅਤੇ ਤੂੰ 6 ਦਿਨੇ ਸਾਨੂੰ ਦੱਸਿਆ ਕਰ ਪਲਾਨ ਕਰਿਆ ਕਰ ਬੈਟਰ ਕਿ ਇਹ ਤੁਹਾਡਾ ਮਾਡਲ ਆ ਕਿ ਤੁਸੀਂ ਬੜੇ ਪਿਆਰ ਨਾਲ ਕਹੋਗੇ ਵੀ ਬੇਟੇ ਓਕੇ ਸੋ ਯੂ ਟੈਲ ਮੀ ਹਾਊ ਡੂ ਯੂ ਵਾਂਟ ਟੂ ਸੋਲਵ ਇਟ ਬੜੇ ਸ਼ਾਂਤ ਹੋ ਕੇ ਤੁਸੀਂ ਦੱਸੋ ਪੁੱਤ ਕਿਵੇਂ ਸੋਲਵ ਕਰੀਏ ਹੁਣ ਪ੍ਰੋਬਲਮ ਤਾਂ ਆ ਗਈ ਆਪਣੇ 'ਤੇ ਉਹ ਤਾਂ ਬਾਅਦ 'ਚ ਦੇਖਾਂਗੇ ਨਾ ਕਿਉਂ ਆਈ ਪਰ ਹੁਣ ਆ ਗਈ ਹੁਣ ਇਹਦਾ ਹੱਲ ਕੀ ਆ ਉਹ ਕੀ ਕਹਿੰਦਾ ਵੀ ਕਿਵੇਂ ਹੱਲ ਕਰਨਾ ਉਦੋਂ ਤਾਂ ਆਪਾਂ ਤਾਂ ਉਹਨੂੰ ਸੁਣਦੇ ਨਹੀਂ ਬੱਚੇ ਨੂੰ ਆਪਣੇ ਕਲਚਰ 'ਚ ਤਾਂ ਹੈ ਨਹੀਂ ਆਪਾਂ ਤਾਂ ਭੱਜ ਲੈਂਦੇ ਹਾਂ ਮੁਸ਼ਕਲ ਦਾ ਹੱਲ ਕਰਨ ਉਹਦੇ ਨਾਲ ਕੀ ਹੁੰਦਾ ਕਿ ਬੱਚੇ ਨੂੰ ਇਹ ਸਮਝ ਨਹੀਂ ਆਉਂਦੀ ਕਿ ਜ਼ਿੰਦਗੀ ਦੀਆਂ ਮੁਸ਼ਕਲਾਂ ਦਾ ਹੱਲ ਕਿਵੇਂ ਕਰਨਾ ਕਿਉਂਕਿ ਅਸੀਂ ਨਹੀਂ ਕਰਨ ਦਿੰਦੇ ਉਹਨੂੰ ਪਤਾ ਹੀ ਨਹੀਂ ਉਹਦਾ ਦਿਮਾਗ ਲਗਾਉਂਦੇ ਹੀ ਨਹੀਂ ਉਹਨੂੰ ਕਰਨ ਹੀ ਨਹੀਂ ਦਿੰਦੇ ਹੋ ਸਕਦਾ ਉਹਦੇ ਦਿਮਾਗ 'ਚ ਆਵੇ ਵੀ ਮੇਰਾ ਦੋਸਤ ਆ ਜੌਨੀ ਮੈਂ ਜੌਨੀ ਨੂੰ ਫੋਨ ਕਰਦਾ ਵੀ ਅਗਰ ਤੇਰੇ ਕੋਲ 2 ਆ ਤਾਂ ਕੀ ਮੈਂ ਆ ਕੇ ਤੇਰੇ ਕੋਲੋਂ ਲੈ ਜਾਂ ਕਿਉਂਕਿ ਉਹ ਨਾਲੇ ਰਹਿੰਦਾ ਹੁਣ ਇਹ ਤਾਂ ਉਹਦਾ ਵਧੀਆ ਵਧੀਆ ਚੀਜ਼ ਸੀ ਅਗਲੀ ਵਾਰੀ ਉਹਨੂੰ ਲਿਆ ਕੇ ਦੇ ਦੂੰਗਾ ਲੇਕਿਨ ਅਸੀਂ ਇਹ ਚੀਜ਼ ਉਹਨੂੰ ਕਰਨੀ ਨਹੀਂ ਦਿੱਤੀ ਅਸੀਂ ਤਾਂ ਉਹਨੂੰ ਕਾਰ 'ਚ ਬਿਠਾ ਕੇ ਅਤੇ ਲੈ ਗਏ ਸਟੋਰ 'ਤੇ ਅਤੇ ਉਹਨੂੰ ਖਰੀਦ ਕੇ ਦੇਤਾ ਕਿਉਂਕਿ ਅਸੀਂ ਉਹਦੀ ਵਾਸਤੇ ਮੁਸ਼ਕਲ ਹੱਲ ਕਰਤੀ ਲੇਕਿਨ ਹੋ ਸਕਦਾ ਉਹਦੇ ਕੋਲ ਕੋਈ ਬੈਟਰ ਸੋਲਿਊਸ਼ਨ ਹੁੰਦਾ ਇੱਕ ਤਾਂ ਇਹ ਸੀਗਾ ਕਿ ਤੁਸੀਂ ਬੱਚੇ ਨੂੰ ਅਲਾਓ ਕਰਦੇ ਹੋ ਮੁਸ਼ਕਲ ਦਾ ਹੱਲ ਕਰਨਾ ਇੱਕ ਇਹ ਆ ਦੂਸਰਾ ਹੈਗਾ ਕਿ ਕੁਛ ਮੁਸ਼ਕਲਾਂ ਐਸੀਆਂ ਹੁੰਦੀਆਂ ਜਿਹੜੀਆਂ ਛੇਤੀ ਹੱਲ ਨਹੀਂ ਹੁੰਦੀਆਂ ਉਹਨੂੰ ਟਾਈਮ ਲੱਗਦਾ ਕੀ ਆਪਾਂ ਉਸ ਬੱਚੇ ਨੂੰ ਇਹ ਸਿਖਾਉਂਦੇ ਹਾਂ ਕਿ ਹਰ ਇੱਕ ਚੀਜ਼ ਦਾ ਟਾਈਮ ਹੁੰਦਾ ਹਰ ਇੱਕ ਚੀਜ਼ ਇੱਕ ਟਾਈਮ ਲੈਂਦੀ ਆ ਹੱਲ ਹੋਣ ਵਾਸਤੇ ਮਿਸਾਲ ਦੇ ਤੌਰ 'ਤੇ ਜੇ ਬੱਚਾ ਕਹਿੰਦਾ ਵੀ ਮੈਨੂੰ ਮਮਾ ਮੈਨੂੰ ਤੁਸੀਂ ਪੁਡਿੰਗ ਬਣਾਓ ਹੁਣ ਪੁਡਿੰਗ ਪਹਿਲਾਂ ਕੋਈ ਮਤਲਬ ਕਿ ਕਰਨ ਵਾਸਤੇ ਘੱਟੋ ਘੱਟ ਨਹੀਂ ਤਾਂ ਮੈਨੂੰ ਲੱਗਦਾ ਵੀ 2-3 ਘੰਟੇ ਤਾਂ ਲੱਗਣਗੇ ਘਟਾ ਵਧਾ ਸਕਦੇ ਹਾਂ ਆਪਾਂ ਡਿਪੈਂਡ ਕਰਦੇ ਹਾਂ ਲੇਕਿਨ ਜੇ ਬੱਚਾ ਕਹੇ ਨਹੀਂ ਮੈਂ ਤਾਂ 5 ਮਿੰਟ 'ਚ ਹੀ ਲੈਣੀ ਆ ਮੈਂ ਤਾਂ ਹੋਣੀ ਚਾਹੀਦੀ ਹੈ ਹੁਣ ਉਹ ਜਿਹੜੀ ਮੁਸ਼ਕਲ ਆ ਉਹ ਟਾਈਮ ਮੰਗਦੀ ਆ ਉਹਦੇ 'ਚ ਇੱਕ ਟਾਈਮ ਪ੍ਰੋਸੈਸ ਆ ਹੁਣ ਬੱਚੇ ਨੂੰ ਆਪਾਂ ਨੇ ਇਹ ਸਿਖਾਉਣਾ ਕਿ ਜ਼ਿੰਦਗੀ 'ਚ ਪੇਸ਼ੈਂਸ ਚਾਹੀਦੀ ਆ ਕੁਛ ਚੀਜ਼ਾਂ ਟਾਈਮ ਦੇ ਅਨੁਸਾਰ ਹੱਲ ਹੁੰਦੀਆਂ ਆਹ ਜਿਹੜੀ ਚੀਜ਼ ਹੈ ਇਹ ਵੀ ਨਹੀਂ ਆਪਾਂ ਸਿਖਾਉਂਦੇ ਬੱਚੇ ਨੂੰ ਆਪਾਂ ਫਿਰ ਬੱਚੇ ਨੂੰ ਇਹ ਕਹਿਣ ਲੱਗ ਜਾਂਦੇ ਹਾਂ ਕਿਉਂਕਿ ਸਾਨੂੰ ਪਤਾ ਹੁਣ ਇਹ ਬੱਚਾ ਰੋਣ ਵਾਲਾ ਇਹ ਬੱਚੇ ਨੇ ਕ੍ਰੈਂਕੀ ਹੋ ਜਾਣਾ ਇਹ ਵੀ ਇੱਕ ਲਫ਼ਜ਼ 'ਚ ਸੁਣਨ ਨੂੰ ਮਿਲਦਾ ਵੀ ਕ੍ਰੈਂਕੀ ਹੋ ਗਿਆ ਬੱਚਾ ਆਪਾਂ ਕੀ ਕਰਦੇ ਹਾਂ ਆਪਾਂ ਉਹਨੂੰ ਫਿਰ ਆਪਸ਼ਨਸ ਦੇ ਦਿੰਦੇ ਹਾਂ ਜ਼ਿੰਦਗੀ ਦੇ ਚੱਲ ਤੂੰ ਆਈਸਕ੍ਰੀਮ ਖਾ ਲਓ ਹੁਣ ਅਸੀਂ ਉਹ ਜਿਹੜੀ ਪ੍ਰੋਬਲਮ ਆ ਉਹਦੀ ਅਸੀਂ ਉਸਨੂੰ ਇਹ ਨਹੀਂ ਸਿਖਾਇਆ ਵੀ ਤੂੰ ਵੇਟ ਕਰ ਬਣਾ ਕੇ ਦਿੰਦੇ ਹਾਂ ਥੋੜ੍ਹਾ ਜਿਹਾ ਟਾਈਮ ਲੱਗੂਗਾ ਜਸ ਇੰਨਾ ਉਨੀ ਦੇਰ ਤੂੰ ਕੁਛ ਕਰ ਉਹ ਜਿਹੜਾ ਵੇਟ ਪੀਰੀਅਡ ਆ ਉਹ ਜਿਹੜਾ ਜ਼ਿੰਦਗੀ 'ਚ ਪੇਸ਼ੈਂਸ ਆ ਜਿਹੜੀ ਕਿ ਆਪਾਂ ਨੂੰ ਜ਼ਿੰਦਗੀ ਦੇ ਵਿੱਚ ਕੰਮ ਆਊਗੀ ਅਸੀਂ ਉਹਦੇ ਤੋਂ ਉਹਨੂੰ ਵਾਂਝਾ ਕਰਤਾ ਉਹਨੂੰ ਕਿਹਾ ਵੀ ਚੱਲ ਤੂੰ ਆਈਸਕ੍ਰੀਮ ਖਾ ਲਾ ਉਹਨੇ ਕਿਹਾ ਉਹ ਯਾਰ ਦੈਟਸ ਏ ਗੁੱਡ ਆਈਡੀਆ ਚਲੋ ਜੀ ਉਹਦਾ ਅਸੀਂ ਅਟੈਂਸ਼ਨ ਡਿਵਰਟ ਕਰਤੀ ਅਸੀਂ ਸੋਚਿਆ ਅਸੀਂ ਉਹਦੀ ਮੁਸ਼ਕਲ ਤੋਂ ਉਹਨੂੰ ਪਾਸੇ ਕਰਕੇ ਅਸੀਂ ਸੁਲਝਾ ਤੀ ਲੇਕਿਨ ਉਹਨੂੰ ਜਿਹੜੀਆਂ 2 ਚੀਜ਼ਾਂ ਸਿਖਾਉਣੀਆਂ ਸੀਗੀਆਂ ਪੇਸ਼ੈਂਸ ਅਤੇ ਉਹਨੂੰ ਅਸੀਂ ਸਿਖਾਉਣਾ ਸੀਗਾ ਬਈ ਇਹ ਹਰ ਇੱਕ ਚੀਜ਼ ਦਾ ਟਾਈਮ ਲੱਗਦਾ ਉਹ 2 ਚੀਜ਼ਾਂ ਤੋਂ ਅਸੀਂ ਉਹਨੂੰ ਵਾਂਝਾ ਕਰਤਾ ਸੋ ਜਿਹੜੀ ਇਮੋਸ਼ਨਲ ਇੰਟੈਲੀਜੈਂਸ ਆ ਉਹ ਪ੍ਰਡੋਮੀਨੈਂਟਲੀ ਉੱਥੇ ਯੂਜ਼ ਹੁੰਦੀ ਆ ਕਿਉਂਕਿ ਆਪਾਂ ਨੂੰ ਹਰ ਰੋਜ਼ ਐਵਰੀ ਡੇ ਮੁਸ਼ਕਲਾਂ ਆਉਂਦੀਆਂ ਅਤੇ ਆਪਾਂ ਉਹਨੂੰ ਸੋਲਵ ਕਰਦੇ ਹਾਂ ਹੈ ਨਾ ਆਪਾਂ ਹਰ ਇੱਕ ਚੀਜ਼ ਨੂੰ ਆਪਾਂ ਸੋਲਵ ਕਰਦੇ ਹਾਂ ਕਈ ਚੀਜ਼ ਕਈ ਵਾਰੀ ਇਸ ਤਰ੍ਹਾਂ ਹੁੰਦੀ ਆ ਕਿ ਆਪਾਂ ਨੂੰ ਕਈ ਵਾਰੀ ਆਪਾਂ ਸੁੱਤੇ ਰਹਿ ਜਾਂਦੇ ਹਾਂ ਅਤੇ ਆਪਾਂ ਨੂੰ ਪਤਾ ਵੀ ਹੁਣ ਵੈਸੇ ਮੈਨੂੰ 45 ਮਿੰਟ ਲੱਗਦੇ ਆ ਤਿਆਰ ਹੋਣ ਨੂੰ ਅੱਜ ਮੈਂ ਲੇਟ ਉੱਠਿਆ
ਤਾਂ ਐਂ ਕਰਦੇ ਹਾਂ ਕਿ ਆਈ ਹੈਵ ਟੂ ਕੱਟ ਸ਼ੋਰਟ ਅਤੇ ਮੈਂ ਆਪਣੀ ਜੋ ਕੁਛ ਮੈਂ ਕਰਨਾ ਮੈਂ ਜਾਂ ਤਾਂ ਬੱਸ 'ਚ ਕਰਾਂ ਜਾਂ ਮੈਂ ਕਾਰ 'ਚ ਕਰਾਂ ਜਾਂ ਮੈਂ ਉੱਥੇ ਜਾ ਕੇ ਕਰਾਂ ਸੋ ਮੈਂ ਲੇਟ ਨਹੀਂ ਹੋਣਾ ਆਪਾਂ ਨੂੰ ਉਹ ਡਿਸੀਜਨਸ ਲੈਣੇ ਪੈਂਦੇ ਆ ਪਰ ਜਿੰਨਾ ਇੰਡੀਵਿਜੂਅਲ ਦੇ ਵਿੱਚ ਇਮੋਸ਼ਨਲ ਇੰਟੈਲੀਜੈਂਸ ਨਹੀਂ ਹੁੰਦੀ ਉਹਨਾਂ ਤੋਂ ਇਹ ਡਿਸੀਜਨ ਨਹੀਂ ਲੈ ਹੁੰਦੇ ਉਹ ਫਿਰ ਖਿੱਚ ਪੈਂਦੇ ਆ ਅਤੇ ਉਹਨਾਂ ਦਾ ਦਿਮਾਗ ਫਿਰ ਕੁਛ ਐਂ ਕੰਮ ਕਰਦਾ ਔਰ ਮਤਲਬ ਕਿ ਜਦੋਂ ਮੈਂ ਨੌਜਵਾਨ ਸੀਗਾ ਅਤੇ ਮੇਰੇ ਨਾਲ ਇੱਕ ਰੂਮਮੇਟ ਸੀ ਉਹਨੇ ਜਦੋਂ ਵੀ ਲੇਟ ਹੋ ਜਾਣਾ ਉਹਨੇ ਉੱਠ ਕੇ ਕਹਿਣਾ ਮੈਂ ਲੇਟ ਹੋ ਗਿਆ ਅੱਜ ਤਾਂ ਜਾਣ ਦਾ ਫਾਇਦਾ ਹੀ ਨਹੀਂ ਗਾ ਚੱਲ ਮੈਂ ਛੁੱਟੀ ਕਰ ਲੈਣਾ ਹੁਣ ਤੁਸੀਂ ਇਮੈਜਿਨ ਕਰੋ ਕਿ ਉਹ ਲੇਟ ਆ ਔਰ ਉਹ ਜਾ ਸਕਦਾ ਉਹ ਇਹ ਕਹਿ ਸਕਦਾ ਵੀ ਮੈਂ ਅੱਜ ਬ੍ਰੈਕਫਾਸਟ ਨਹੀਂ ਕਰਨਾ ਮੈਂ ਬਾਅਦ 'ਚ ਕਰੂੰਗਾ ਉਹ ਜਾਣੀ ਉਸ ਮੁਸ਼ਕਲ ਦਾ ਹੱਲ ਲੱਭ ਸਕਦਾ ਉਹਨੇ ਮੁਸ਼ਕਲ ਦਾ ਹੱਲ ਕੀ ਲੱਭਿਆ ਚਲੋ ਕੰਮ 'ਤੇ ਨਹੀਂ ਜਾਣਾ ਕਿਉਂਕਿ ਮੈਂ ਲੇਟ ਹੋ ਗਿਆ ਹੁਣ ਆਹ ਜਿਹੜੀਆਂ ਸਿਚੁਏਸ਼ਨਸ ਹਰ ਇੱਕ ਇਨਸਾਨ ਦੇ ਡੇਲੀ ਜ਼ਿੰਦਗੀ ਦੇ ਵਿੱਚ ਆਉਂਦੀਆਂ ਉਹਨਾਂ ਨੂੰ ਅਗਰ ਅਸੀਂ ਬੱਚੇ ਨੂੰ ਸਿਖਾਵਾਂਗੇ ਨਹੀਂ ਤਾਂ ਉਹਦਾ ਜਿਹੜਾ ਇਮੋਸ਼ਨਲ ਜਿਹੜੀ ਉਹਦੀਆਂ ਮੁਹਾਰਤਾਂ ਜਿਹੜੀਆਂ ਉਹਦੀਆਂ ਸਕਿੱਲਸ ਆ ਉਹ ਆਪਾਂ ਯੂਜ਼ ਨਹੀਂ ਕਰ ਸਕਾਂਗੇ ਹੁਣ ਇਹ ਚੀਜ਼ ਦਾ ਇਹ ਤਾਂ ਹੋ ਗਿਆ ਪੇਰੈਂਟਸ ਦੇ ਪੁਆਇੰਟ ਦੀ ਤਰਫ ਤੇ ਕਿ ਉਹ ਕਿਵੇਂ ਆਪਣੇ ਬੱਚੇ ਨੂੰ ਬਿਲਡ ਕਰ ਸਕਦੇ ਨੇ ਇੱਕ ਉਹਨਾਂ 'ਚ ਇਮੋਸ਼ਨਲ ਇੰਟੈਲੀਜੈਂਸ ਸਕੂਲਸ ਕੀ ਰੋਲ ਪਲੇ ਕਰਦੇ ਨੇ ਇਸ 'ਚ ਜੀ ਜਿਹੜੇ ਇੱਕ ਵੈਸਟਰਨ ਸੋਸਾਇਟੀ ਨੇ ਚਾਈਨਾ 'ਚ ਜਪਾਨ ਦੇ ਵਿੱਚ ਅਤੇ ਕੁਛ ਹੱਦ ਤੱਕ ਵੈਸਟਰਨ ਸੋਸਾਇਟੀ ਦੇ ਵਿੱਚ ਇਹਨੇ ਤਿੰਨਾਂ ਨੇ ਹੋਰ ਵੀ ਕਈ ਸਾਰੇ ਕੰਟਰੀ ਹੋਣਗੇ ਯੂਰਪ ਦੇ ਬਹੁਤ ਸਾਰੇ ਕੰਟਰੀ ਆ ਇਹਨਾਂ ਨੇ ਐਕਟੀਵਿਟੀ ਬੇਸਡ ਲਰਨਿੰਗ ਦਾ ਇੱਕ ਕੋਨਸੈਪਟ ਕੀਤਾ ਹੋਇਆ ਆਪਣੇ ਸਕੂਲਾਂ 'ਚ ਐਕਟੀਵਿਟੀ ਬੇਸਡ ਮਿਸਾਲ ਦੇ ਤੌਰ 'ਤੇ ਜੇ ਤੁਸੀਂ ਬੱਚੇ ਨੂੰ ਇਹ ਦੱਸਣਾ ਕਿ -5 ਡਿਗਰੀ ਟੈਂਪਰੇਚਰ ਕੀ ਹੁੰਦਾ ਤਾਂ ਇੱਕ ਤਾਂ ਆਪਾਂ ਉਹਨੂੰ ਪੜ੍ਹਾ ਸਕਦੇ ਹਾਂ ਇੱਕ ਆਪਾਂ ਉਹਨੂੰ ਕਹਿ ਸਕਦੇ ਹਾਂ ਵੀ ਮਤਲਬ ਕਿ ਬਲੈਕ ਬੋਰਡ 'ਤੇ ਆਪਾਂ ਇੱਕ ਡਰਾਇੰਗ ਬਣਾ ਸਕਦੇ ਹਾਂ ਥਰਮਾਮੀਟਰ ਦੀ ਉਹਨੂੰ ਕਹਿ ਸਕਦੇ ਹਾਂ ਵੀ ਜੇ ਇਹ ਇਸ ਜਗ੍ਹਾ ਤੋਂ ਉੱਤੇ ਚਲੇ ਜੇ ਇਹਦਾ ਮਤਲਬ ਗਰਮੀ ਆ ਇਸ ਜਗ੍ਹਾ ਤੋਂ ਨੀਚੇ ਚਲੇ ਜੇ ਇਹਦਾ ਮਤਲਬ ਠੰਡ ਆ ਇੱਕ ਤਾਂ ਆਹ ਸਿੱਕਾ ਹੋ ਗਿਆ ਐਕਟੀਵਿਟੀ ਬੇਸਡ ਲਰਨਿੰਗ ਦੇ ਵਿੱਚ ਉਹ ਕੀ ਕਰਦੇ ਆ ਕਿ ਉਹ ਇੱਕ ਥਰਮਾਮੀਟਰ ਹਰ ਇੱਕ ਬੱਚੇ ਨੂੰ ਦਿੰਦੇ ਆ ਉਹ ਕਹਿੰਦੇ ਬਾਹਰ ਚਲੋ ਕੱਪੜੇ ਪਾ ਕੇ ਅਤੇ ਫਿਰ ਉਹ ਕਹਿੰਦੇ ਆ ਵੀ ਆਹ ਅੰਦਰ ਕਿੰਨਾ ਸੀਗਾ ਉਹ ਕਹਿੰਦੇ ਜੀ ਇੰਨਾ ਸੀ ਓਕੇ ਹੁਣ ਆਪਾਂ ਬਾਹਰ ਖੜ੍ਹਦੇ ਹਾਂ 5 ਮਿੰਟ 5 ਮਿੰਟ 'ਚ ਉਹਦਾ ਟੈਂਪਰੇਚਰ ਡਾਊਨ ਹੋ ਜਾਣਾ ਅਤੇ ਉਹਨੇ ਦੇਖ ਲੈਣਾ ਵੀ ਇਹ ਬੱਚੇ ਨੇ ਟੈਂਪਰੇਚਰ ਡਾਊਨ ਹੋ ਗਿਆ ਅਤੇ ਫਿਰ ਉਹਨਾਂ ਨੇ ਅੰਦਰ ਆ ਜਾਣਾ ਫਿਰ ਉਹ ਕਹਿਣਗੇ ਵੀ ਓਕੇ ਜਦੋਂ ਜੇ ਆਪਾਂ ਕੱਪੜੇ ਨਾ ਪਾਏ ਹੁੰਦੇ ਫਿਰ ਕੀ ਹੁੰਦਾ ਇਹ ਉਹ ਅਵੇਅਰਨੈਸ ਬੇਸਡ ਐਕਟੀਵਿਟੀ 'ਤੇ ਲਰਨ ਕਰਦੇ ਆ ਅਵੇਅਰਨੈਸ ਦਿੰਦੇ ਆ ਵੀ ਜੇ ਤੁਸੀਂ ਠੰਡ ਦਾ ਕੋਨਸੈਪਟ ਸਿਰਫ ਇਹ ਨਹੀਂ ਗਾ ਵੀ ਥਰਮਾਮੀਟਰ ਨਾਲ ਦਿਖਾਤਾ ਵੀ ਠੰਡ ਆ ਅਤੇ ਇਹ ਆ ਗਰਮੀ ਆ ਤੁਸੀਂ ਠੰਡ ਤੋਂ ਹੁਣ ਕਿੰਨੀ ਕੁਛ ਡਿਸਕਸ਼ਨ ਕਲਾਸਰੂਮ ਦੇ ਵਿੱਚ ਕਰ ਸਕਦੇ ਹੋ ਜੇ ਕੱਪੜੇ ਨਾ ਪਾਏ ਫਿਰ ਕੀ ਹੋ ਜਾਣਗੇ ਜੇ ਬਹੁਤੀ ਠੰਡ ਹੋਗੀ ਕੀ ਆਪਾਂ ਅਨਾਜ ਉਗਾ ਸਕਦੇ ਹਾਂ ਜੇ ਬਾਹਲੀ ਠੰਡ ਹੋਗੀ ਕੀ ਆਪਾਂ ਜੇ ਬਹੁਤ ਜ਼ਿਆਦਾ ਸਨੋ ਪੈ ਗਈ ਕੀ ਆਪਾਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ 'ਤੇ ਟਰੈਵਲ ਕਰ ਸਕਦੇ ਹਾਂ ਆਹ ਜਿਹੜੀਆਂ ਸਾਰੀਆਂ ਐਕਟੀਵਿਟੀਜ਼ ਦੇ ਨਾਲ ਡਿਸਕਸ਼ਨ ਹੁੰਦੀ ਆ ਔਰ ਬੱਚਿਆਂ ਨੂੰ ਕਿਹਾ ਜਾਂਦਾ ਵੀ ਤੁਸੀਂ ਆਪਣਾ ਦੱਸੋ ਵੀ ਕੀ ਕਰਨਾ ਇਸ ਇਹ ਜਿਹੜੀ ਐਕਟੀਵਿਟੀ ਬੇਸਡ ਲਰਨਿੰਗ ਆ ਇਹ ਇਮੋਸ਼ਨਲ ਇੰਟੈਲੀਜੈਂਸ ਨੂੰ ਸਟਰੈਂਥਨ ਕਰਦੀ ਆ ਕਿਉਂਕਿ ਬਹੁਤ ਪੱਖੀ ਅਵੇਅਰਨੈਸ ਹੋ ਜਾਂਦੀ ਆ ਇੱਕ ਬੱਚੇ ਨੂੰ ਆਪਣੇ ਜਿਹੜਾ ਇਸ ਤਰ੍ਹਾਂ ਦੀ ਟੀਚਿੰਗ ਨਹੀਂ ਗੀ ਆਪਣੇ ਉਹਦੇ ਵਿੱਚ ਕੀ ਹੁੰਦਾ ਆਪਣੇ ਹੁੰਦਾ ਕਿ ਆਪਾਂ ਟੀਚਰ ਦੱਸਦਾ ਆਪਾਂ ਸੁਣ ਕੇ ਨੋਟਬੁੱਕ 'ਚ ਆਪਾਂ ਉਹ ਸਾਰੀ ਸੁਣੀ ਚੀਜ਼ ਨੂੰ ਇੱਥੇ ਲੈ ਆਉਂਦੇ ਹਾਂ ਉਸ ਚੀਜ਼ ਨੂੰ ਅਸੀਂ ਰੱਟ ਲੈਂਦੇ ਹਾਂ ਅਤੇ ਅਸੀਂ ਫਿਰ ਮਤਲਬ ਕਿ ਕਰਦੇ ਹਾਂ ਅਤੇ ਉਹਦੇ ਨਾਲ ਕੀ ਹੁੰਦਾ ਕਿ ਸਾਡੀ ਅਵੇਅਰਨੈਸ ਨਹੀਂ ਹੁੰਦੀ ਪਰ ਮੈਮਰੀ ਦੇ ਵਿੱਚ ਇੰਪਲਾਂਟ ਹੋ ਜਾਂਦਾ ਰੂਬਰੂ ਜੋ ਕੁਛ ਉਹਨਾਂ ਨੇ ਕਿਹਾ ਉਹ ਰੂਬਰੂ ਇੰਪਲਾਂਟ ਹੁੰਦਾ ਹੁਣ ਜਦੋਂ ਅਸੀਂ ਬੱਚੇ ਨੂੰ ਕਹਿੰਦੇ ਹਾਂ ਵੀ ਓਕੇ ਦੱਸੋ ਜੇ ਤੁਸੀਂ -10 ਡਿਗਰੀ 'ਚ ਹੋਇਆ ਫਿਰ ਕੀ ਹੋਊਗਾ ਅਤੇ ਉਹਨੂੰ ਪਤਾ ਨਹੀਂ ਹੁਣ ਬੱਚੇ ਨੂੰ ਵੀ ਉਹਦਾ ਐਕਚੁਅਲ ਪ੍ਰੈਕਟੀਕਲ ਐਪਲੀਕੇਸ਼ਨ ਉਸ ਨੌਲੇਜ ਦੀ ਕੀ ਹੋਊਗੀ ਮੈਨੂੰ ਇੰਨਾ ਤਾਂ ਪਤਾ ਵੀ ਠੰਡ -10, 15, 20, 25 ਤੱਕ ਵੀ ਹੋ ਸਕਦੀ ਹੈ 30 ਤੱਕ ਵੀ ਹੋ ਸਕਦੀ ਆ ਜੇ ਆਪਾਂ ਨੌਰਥ ਪੋਲ 'ਤੇ ਚਲੀਏ ਤਾਂ -50, 60 ਵੀ ਹੋ ਸਕਦਾ ਪਰ ਉਹਦੇ ਕੌਨਸੀਕੁਐਂਸਿਸ ਕੀ ਆ ਡੇਲੀ ਲਾਈਫ 'ਚ ਉਹਦੇ ਬਾਰੇ ਡਿਸਕਸ਼ਨ ਹੀ ਨਹੀਂ ਹੋਈ ਕਿਉਂਕਿ ਉਹਦੇ ਟੀਚ ਨਹੀਂ ਕੀਤਾ ਆਹ ਜਿਹੜੀ ਅਵੇਅਰਨੈਸ ਆ ਇਹ ਸਕੂਲ ਦੇ ਵਿੱਚ ਅਗਰ ਆਪਾਂ ਕੋਈ ਸਿਆਣਾ ਟੀਚਰ ਹੋਵੇ ਉਹ ਇਸ ਦੀ ਅਵੇਅਰਨੈਸ ਰੇਜ਼ ਕਰਦਾ ਨਾਲ ਦੀ ਨਾਲ ਇਹ ਸਿੰਬਲਸ ਦੱਸਣ ਦੇ ਨਾਲ ਨਾਲ ਉਹ ਮੇਰਾ ਖਿਆਲ 'ਚ ਅਗਰ ਹੋਵੇ
ਤਾਂ ਉਹ ਜ਼ਿਆਦਾ ਬੈਟਰ ਆ ਕਿਉਂਕਿ ਜਿਹੜਾ ਟੀਚਰ ਆ ਉਹ ਉਹਨਾਂ ਨੂੰ ਦੱਸ ਸਕਦਾ ਕਿ ਇਹਦੇ ਨਾਲ ਤੁਹਾਡੀਆਂ ਭਾਵਨਾਵਾਂ ਵੀ ਜੁੜੀਆਂ ਹੋਈਆਂ, ਇਹਦੇ ਨਾਲ ਤੁਹਾਡੀ ਅਵੇਅਰਨੈਸ ਵੀ ਜੁੜੀ ਹੋਈ ਆ, ਔਰ ਇਹਦੇ ਨਾਲ ਤੁਹਾਡਾ ਸਮਝਣਾ ਵੀ ਜੁੜਿਆ ਹੋਇਆ ਕਿ ਜੇ ਕਿਸੇ ਮੁਲਕ ਦੇ ਵਿੱਚ ਜਿਹੜਾ ਕਿ ਟ੍ਰਡੀਸ਼ਨਲੀ ਇੱਕ ਗਰਮ ਮੁਲਕ ਆ ਔਰ ਸਰਦੀਆਂ ਨੂੰ ਇੰਨੀ ਜ਼ਿਆਦਾ ਸਰਦੀ ਪੈ ਜੇ ਕਿ ਉੱਥੇ ਜੰਮਣਾ ਸ਼ੁਰੂ ਹੋ ਜੇ ਤਾਂ ਉਹ ਲੋਕ ਸਰਵਾਈਵ ਕਿਵੇਂ ਕਰਨਗੇ? ਔਰ ਉਹ ਜਿਹੜਾ ਕਿ ਅੱਜ ਕੱਲ੍ਹ ਆਪਾਂ ਹਿੰਦੁਸਤਾਨ 'ਚ ਦੇਖਦੇ ਹਾਂ ਕਿ ਕੁਛ ਨੌਰਥ ਇੰਡੀਆ ਦੇ ਵਿੱਚ ਇਹੋ ਜਿਹੇ ਆਪਣੀ ਜਗ੍ਹਾ ਜਿੱਥੇ ਕਿ ਹੁਣ ਮਾਈਨਸ ਹੋਣਾ ਸ਼ੁਰੂ ਹੋ ਗਿਆ। ਸੋ ਉਹਨਾਂ ਨਾਲ ਜਿਹੜੇ ਗਰੀਬ ਲੋਕ ਆ ਜਿਨ੍ਹਾਂ ਨੂੰ ਪਹਿਲਾਂ ਕਦੇ ਇਸ ਤਰ੍ਹਾਂ ਦਾ ਸਾਹਮਣਾ ਨਹੀਂ ਸੀ ਕਰਨਾ ਪੈਂਦਾ, ਉਹ ਠੰਡ ਨੂੰ ਟੋਲਰੇਟ ਕਰ ਲੈਂਦੇ ਸੀ, ਹੁਣ ਉਹਨਾਂ ਨੂੰ ਉਹ ਵੱਡੀਆਂ ਜੈਕਟਾਂ, ਗਲਵਸ ਅਤੇ ਉਹ ਸਾਰਾ ਕੁਛ ਚਾਹੀਦਾ ਹੋਊਗਾ ਇਨ ਆਰਡਰ ਟੂ ਸਰਵਾਈਵ ਦੈਟ। ਬਲਦੇਵ ਜੀ, ਅਸੀਂ ਇੱਕ ਛੋਟੇ ਜਿਹੇ ਬ੍ਰੇਕ ਦੇ ਬਾਅਦ ਇੱਕ ਗੱਲਬਾਤ ਜਾਰੀ ਰੱਖਾਂਗੇ ਤੁਹਾਡੇ ਨਾਲ। ਸਾਡੇ ਦਰਸ਼ਕਾਂ ਨੂੰ ਇੱਕ ਰਿਕੁਐਸਟ ਹੈ, ਸਾਡੇ ਨਾਲ ਬਣੇ ਰਹੋ, ਅਸੀਂ ਹਾਜ਼ਰ ਹੋਵਾਂਗੇ ਇੱਕ ਛੋਟੇ ਤੋਂ ਬ੍ਰੇਕ ਦੇ ਬਾਅਦ। ਕੀ ਤੁਸੀਂ ਕਿਸੇ ਮਾਨਸਿਕ ਪਰੇਸ਼ਾਨੀ ਦਾ ਸ਼ਿਕਾਰ ਹੋ ਜਾਂ ਨਿਊ ਕਮਰ ਹੋਣ ਕਰਕੇ ਕੈਨੇਡਾ ਵਿੱਚ ਸੈਟਲ ਹੋਣ 'ਚ ਦਿੱਕਤ ਆ ਰਹੀ ਹੈ? ਜ਼ਿੰਦਗੀ ਦੀ ਇਸ ਕਠਿਨਾਈ ਭਰੇ ਦੌਰ 'ਚੋਂ ਲੰਘਣਾ ਸੱਚਮੁੱਚ ਬੜਾ ਮੁਸ਼ਕਿਲ ਹੈ। ਪੰਜਾਬੀ ਕਮਿਊਨਿਟੀ ਹੈਲਥ ਸਰਵਿਸਿਜ਼ ਇੱਕ ਐਸੀ ਸਮਾਜ ਸੇਵੀ ਸੰਸਥਾ ਹੈ ਜੋ ਗ੍ਰੇਟਰ ਟੋਰੋਂਟੋ ਏਰੀਆ ਵਿੱਚ ਸਿਹਤ ਸਮੱਸਿਆ, ਸੈਟਲਮੈਂਟ, ਭਾਸ਼ਾ ਸਿੱਖਣੀ ਹੋਵੇ ਜਾਂ ਨਸ਼ਾ ਛੁਡਾਉਣਾ ਹੋਵੇ, ਹਰ ਤਰ੍ਹਾਂ ਦੀਆਂ ਸੇਵਾਵਾਂ ਮੁਹੱਈਆ ਕਰਦੀ ਹੈ। ਜੇਕਰ ਤੁਸੀਂ ਵੀ ਇਹਨਾਂ ਸੇਵਾਵਾਂ ਦਾ ਲਾਭ ਲੈਣਾ ਚਾਹੁੰਦੇ ਹੋ ਤਾਂ ਸਾਡੇ ਫੋਨ ਨੰਬਰ 905-670-0889 ਤੇ ਕਾਲ ਕਰੋ। ਜੀ ਹਾਂ, 905-677-0889 ਤੇ ਕਾਲ ਕਰੋ। ਵਧੇਰੇ ਜਾਣਕਾਰੀ ਲਈ www.pchs4u.com ਤੇ ਜਾਓ, ਈਮੇਲ ਵੀ ਕਰ ਸਕਦੇ ਹੋ info@pchs4u.com। ਪੰਜਾਬੀ ਕਮਿਊਨਿਟੀ ਹੈਲਥ ਸਰਵਿਸਿਜ਼, ਸਰਵਿੰਗ ਡਾਇਵਰਸ ਕਮਿਊਨਿਟੀਜ਼। ਤੁਹਾਡਾ ਸਾਰਿਆਂ ਦਾ ਦੁਬਾਰਾ ਤੋਂ ਸਵਾਗਤ ਹੈ ਪੰਜਾਬੀ ਕਮਿਊਨਿਟੀ ਹੈਲਥ ਸਰਵਿਸਿਜ਼ ਦੇ ਪ੍ਰੋਗਰਾਮ ਕਮਿਊਨਿਟੀ ਕਨੈਕਸ਼ਨ ਦੇ ਵਿੱਚ। ਅਸੀਂ ਬ੍ਰੇਕ ਤੋਂ ਜਾਣ ਤੋਂ ਪਹਿਲਾਂ ਗੱਲਬਾਤ ਕਰਦੇ ਪਏ ਸੀ ਬਲਦੇਵ ਜੀ ਦੇ ਨਾਲ ਕਿ ਕਿਵੇਂ ਬੱਚਿਆਂ ਦੇ ਵਿੱਚ ਇਮੋਸ਼ਨਲ ਇੰਟੈਲੀਜੈਂਸ ਨੂੰ ਬਿਲਡ ਕੀਤਾ ਜਾ ਸਕਦਾ ਹੈ। ਬਲਦੇਵ ਜੀ, ਤੁਸੀਂ ਥੋੜ੍ਹਾ ਜਿਹਾ ਇਲੈਬੋਰੇਟ ਕਰੋਗੇ ਉਹ ਕੀ ਸੱਤ ਸਟੈਪਸ ਨੇ ਜਿਹੜੇ ਡਿਸਪਲੇ ਕਰਦੇ ਨੇ ਕਿ ਇੱਕ ਬੱਚੇ ਦੇ ਵਿੱਚ ਸਟਰੋਂਗ ਇਮੋਸ਼ਨਲ ਇੰਟੈਲੀਜੈਂਸ ਹੈਗੀ ਹੈ? ਜੀ ਗੁਸ਼ਾਂਤ ਜੀ, ਇਹਦੇ ਨਾਲ ਮੈਂ ਇਹ ਵੀ ਦੱਸਦਾ ਕਿ ਆਪਾਂ ਬੱਚੇ ਦੇ ਦੀ ਇਮੋਸ਼ਨਲ ਇੰਟੈਲੀਜੈਂਸ ਡਿਵੈਲਪ ਵੀ ਕਰ ਸਕਦੇ ਹਾਂ। ਸੋ ਆਪਾਂ ਨੂੰ ਦੋਨੋਂ ਚੀਜ਼ਾਂ ਨੂੰ ਧਿਆਨ 'ਚ ਰੱਖਣਾ ਪਊਗਾ। ਹੁਣ ਮੈਂ ਉਹ ਤੁਹਾਨੂੰ ਸੱਤ ਜਿਹੜੇ ਸਾਇੰਸ ਆ ਉਹ ਆਪਾਂ ਉਹਦੇ 'ਤੇ ਥੋੜ੍ਹੀ ਜਿਹੀ ਡਿਸਕਸ਼ਨ ਕਰਦੇ ਹਾਂ ਕਿ ਪੇਰੈਂਟਸ ਨਾਲ ਦੀ ਨਾਲ ਇਹ ਵੀ ਕਰ ਸਕਦੇ ਆ ਕਿ ਕਿਸ ਤਰੀਕੇ ਨਾਲ ਅਸੀਂ ਇਹ ਸੱਤ ਚੀਜ਼ਾਂ ਆਪਣੇ ਬੱਚੇ ਦੇ ਵਿੱਚ ਡਿਵੈਲਪ ਕਰੀਏ, ਰਾਈਟ? ਸੋ ਇਹ ਦੋਨੋਂ ਚੀਜ਼ਾਂ ਆਪਾਂ ਸਾਈਮਲਟੇਨੀਅਸਲੀ ਕਰ ਲੈਂਦੇ ਹਾਂ। ਸੋ ਪਹਿਲਾ ਜਿਹੜਾ ਪੁਆਇੰਟ ਹੈਗਾ, ਜਿਹੜਾ ਬੱਚੇ 'ਚ ਇਮੋਸ਼ਨਲ ਇੰਟੈਲੀਜੈਂਸ ਹੁੰਦੀ ਆ, ਉਹਨੂੰ ਉਹ ਦੂਸਰੇ ਬੱਚਿਆਂ ਨਾਲ ਬੜਾ ਮਿਲ ਜੁਲ ਕੇ ਰਹਿੰਦਾ ਅਤੇ ਉਹਨੂੰ ਦੂਜਿਆਂ ਦੇ ਇੰਟਰਸਟ ਦੇ ਵਿੱਚ ਬੜੀ ਦਿਲਚਸਪੀ ਹੁੰਦੀ ਆ। ਮਿਸਾਲ ਦੇ ਤੌਰ 'ਤੇ ਅਗਰ ਬੱਚਾ ਖੇਡਦਾ, ਉਹਨੂੰ ਆਪਣੇ ਟੋਇਸ ਦੂਜੇ ਬੱਚੇ ਨੂੰ ਫੜਾ ਕੇ ਬੜਾ ਵਧੀਆ ਲੱਗਦਾ। ਜੇ ਕੋਈ ਬੱਚਾ ਟੀਨੇਜਰ ਆ ਤਾਂ ਉਹ ਬੱਚੇ ਨੂੰ ਬਹੁਤ ਇੰਟਰਸਟ ਹੁੰਦਾ ਕਿ ਓਕੇ, ਆਹ ਜਿਹੜਾ ਮੇਰਾ ਦੋਸਤ ਆ ਇਹ ਮੈਥ 'ਚ ਪਿੱਛੇ ਆ, ਮੈਂ ਇਹਦੀ ਹੈਲਪ ਕਰਦਾ। ਜਾਂ ਉਹ ਮਤਲਬ ਕਿ ਜਿਵੇਂ ਜਿਹੜੇ ਇਨਸਾਨ ਦੇ ਵਿੱਚ ਇਮੋਸ਼ਨਲ ਇੰਟੈਲੀਜੈਂਸ ਹੋਊਗੀ, ਉਹਨੂੰ ਹਮੇਸ਼ਾ ਇਹ ਥੋੜ੍ਹਾ ਬਹੁਤਾ ਫਿਕਰ ਹੋਊਗਾ ਕਿ ਜਿਹੜੇ ਮੇਰੇ ਇਰਦ ਗਿਰਦ ਆ ਕੀ ਉਹ ਉਸੇ ਲਗਨ ਨਾਲ ਉਹ ਚੀਜ਼ ਕਰ ਰਹੇ ਆ ਜਿਹੜੀ ਮੇਰੀ ਲਗਨ ਆ। ਅਗਰ ਕੋਈ ਪਿੱਛੇ ਰਹਿ ਜਾਂਦਾ ਜਾਂ ਕੋਈ ਭੱਜ ਨਹੀਂ ਸਕਦਾ ਜਾਂ ਕੋਈ ਉਨੀ ਵਧੀਆ ਕੰਮ ਨਹੀਂ ਕਰ ਸਕਦਾ ਜਾਂ ਉਹਦੇ ਕੋਲ ਉਹ ਸਾਧਨ ਨਹੀਂ ਗੇ ਉੱਥੇ ਪਹੁੰਚਣ ਦੇ, ਤਾਂ ਜਿਹੜਾ ਬੱਚੇ 'ਚ ਇਹ ਪਹਿਲੀ ਇੰਟੈਲੀਜੈਂਸ ਆ ਵੀ ਗੈਟਿੰਗ ਅਲੋਂਗ ਵਿਦ ਅਦਰਸ ਜਾਂ ਇੰਟਰਸਟ ਇਨ ਅਦਰਸ, ਉਹ ਹਮੇਸ਼ਾ ਹੀ ਦੂਸਰਿਆਂ ਦੇ ਪ੍ਰਤੀ ਸੁਚੇਤ ਰਹਿੰਦਾ। ਇਹਦਾ ਹੁਣ ਫਾਇਦਾ ਕੀ ਆ? ਇਹਦਾ ਫਾਇਦਾ ਇਹ ਆ ਕਿ ਜਦੋਂ ਇਹ ਬੱਚਾ ਵੱਡਾ ਹੋਊਗਾ ਜ਼ਿੰਦਗੀ 'ਚ ਔਰ ਉਹਦਾ ਜਦੋਂ ਵਿਆਹ ਹੋਊਗਾ ਅਤੇ ਉਹਦਾ ਜੀਵਨ ਸਾਥੀ ਆਊਗਾ, ਉਹਨੂੰ ਹਮੇਸ਼ਾ ਇਹ ਨਹੀਂ ਉਹਨੂੰ ਫਿਕਰ ਹੋਊਗਾ ਕਿ ਮੈਂ ਕੀ ਚਾਹਣਾ, ਉਹਨੂੰ ਇਹ ਫਿਕਰ ਹੋਊਗਾ ਕਿ ਇਹਦੀ ਕੀ ਨੀਡ ਆ, ਇਹਦੀ ਕੀ ਜ਼ਰੂਰਤ ਆ, ਇਹਨੂੰ ਕੀ ਲੋੜ ਮਹਿਸੂਸ ਹੁੰਦੀ ਆ। ਸੋ ਜੇ ਦੋਨੋਂ ਧਿਰਾਂ ਦੇ ਵਿੱਚ ਇਹ ਹੋਣ ਤਾਂ ਕਿੰਨਾ ਵਧੀਆ ਹੋਵੇ, ਉਹਨਾਂ ਦੀ ਲੜਾਈ ਹੋਊਗੀ ਨਹੀਂ ਕਿਉਂਕਿ ਉਹਨਾਂ ਨੇ ਇੱਕ ਦੂਜੇ ਦੀ ਗੱਲਾਂ ਹੀ ਸਮਝ ਹੀ ਜਾਣੀਆਂ।
ਸੋ ਲੜਾਈ ਹੋਣ ਦਾ ਜਿਹੜਾ ਕਾਰਨ ਵਿਆਹਤਾ ਜੀਵਨ 'ਚ ਇਹ ਆ ਕਿ ਅਸੀਂ ਦੂਸਰੇ ਦੀਆਂ ਭਾਵਨਾਵਾਂ ਨੂੰ ਸਮਝ ਨਹੀਂ ਪਾਉਂਦੇ ਅਤੇ ਇਹ ਜਿਹੜਾ ਪਹਿਲਾ ਪੁਆਇੰਟ ਆ ਇਮੋਸ਼ਨਲ ਇੰਟੈਲੀਜੈਂਸ ਦਾ ਅਗਰ ਆਪਾਂ ਬੱਚੇ 'ਚ ਡਿਵੈਲਪ ਕਰ ਦਈਏ ਉਹਨਾਂ 'ਚ ਹੋਊਗਾ ਵੀ ਗੈਟਿੰਗ ਅਲੋਂਗ ਵਿਦ ਅਦਰਸ, ਦੂਜੇ ਨਾਲ ਅਸੀਂ ਮਿਲ ਵਰਤਨ ਕਰਕੇ ਅੱਗੇ ਵੱਧ ਸਕਦੇ ਹਾਂ, ਰਾਈਟ। ਸੋ ਇੱਕ ਤਾਂ ਇਹ ਮਤਲਬ ਕਿ ਪੁਆਇੰਟ ਆ ਜਾਂਦਾ। ਹੁਣ ਇਹ ਮਾਪੇ ਕਿਵੇਂ ਡਿਵੈਲਪ ਕਰ ਸਕਦੇ ਆ, ਮਾਪੇ ਇਹ ਡਿਵੈਲਪ ਕਰ ਸਕਦੇ ਆ ਕਿ ਜਦੋਂ ਬੱਚਾ ਕਿਸੇ ਭੀੜ ਵਾਲੀ ਜਗ੍ਹਾ 'ਤੇ ਜਾਂਦਾ ਜਾਂ ਪਲੇਗਰਾਊਂਡ 'ਚ ਜਾਂਦਾ, ਉੱਥੇ ਉਹ ਲਾਈਨ 'ਚ ਨਹੀਂ ਲੱਗਦਾ, ਉਦੋਂ ਆਪਾਂ ਉਹਦੇ ਨਾਲ ਪਿਆਰ ਨਾਲ ਗੱਲ ਕਰਕੇ ਉਹਨੂੰ ਕਹਿ ਸਕਦੇ ਹਾਂ ਵੀ ਬੇਟੇ ਤੈਨੂੰ ਟਾਈਮ ਲੱਗੂਗਾ, ਯੂ ਹੈਵ ਟੂ ਸਟੈਂਡ ਇਨ ਯੋਰ ਲਾਈਨ। ਇਹੋ ਜਿਹੀਆਂ ਜਦੋਂ ਅਸੀਂ ਬੱਚਿਆਂ ਨੂੰ ਸਿਖਾਉਂਦੇ ਹਾਂ ਭੀੜ ਵਾਲੇ ਮਾਹੌਲ 'ਚ ਕਿ ਤੁਸੀਂ ਆਪਣੀ ਟਰਨ ਲੈਣੀ ਆ, ਕੋਈ ਬੱਚਾ ਡਿੱਗ ਪਿਆ ਤਾਂ ਉਹਨੂੰ ਭੱਜ ਕੇ ਜਾ ਕੇ ਤੁਸੀਂ ਚੱਕਣਾ, ਇਹ ਜਿਹੜੀਆਂ ਸਾਰੀਆਂ ਜਿਹੜੀਆਂ ਇਹ ਇਮੋਸ਼ਨਲ ਰੈਗੂਲੇਸ਼ਨ ਦੀਆਂ ਇੱਕ ਕਿਸਮ ਦੀਆਂ ਆਪਾਂ ਬੱਚੇ ਨੂੰ ਟ੍ਰੇਨਿੰਗ ਦੇ ਰਹੇ ਹਾਂ ਕਿ ਜਿਹੜੇ ਦੂਜੇ ਆ ਉਹ ਵੀ ਸਾਡੇ ਲਈ ਇੰਪੋਰਟੈਂਟ ਆ ਅਤੇ ਸਾਡਾ ਉਹਨਾਂ ਦੇ ਨਾਲ ਰਲ ਮਿਲ ਕੇ ਵਿਚਰਨਾ ਇੱਕ ਜ਼ਿੰਦਗੀ ਦੇ ਵਿੱਚ ਸਾਨੂੰ ਕੰਮ ਆਊਗਾ। ਕਿਉਂਕਿ ਜਦੋਂ ਅਸੀਂ ਕਿਸੇ ਤੋਂ ਕੰਮ ਲੈਣਾ, ਜੇ ਫਰਜ਼ ਕਰ ਲਓ ਇਹੀ ਬੱਚਾ ਵੱਡਾ ਹੋ ਕੇ ਕਿਸੇ ਫੈਕਟਰੀ 'ਚ ਮੈਨੇਜਰ ਲੱਗ ਜੇ, ਉਹਦੇ ਥੱਲੇ 200 ਬੰਦਾ ਕੰਮ ਕਰਦਾ, ਹੁਣ ਉਹਨੇ 200 ਬੰਦੇ ਤੋਂ ਕੰਮ ਲੈਣਾ, ਜੇ ਉਹਦੇ 'ਚ ਇਹ ਮੁਹਾਰਤ ਆ ਕੇ ਉਹ ਸਾਰਿਆਂ ਨਾਲ ਬਣਾ ਕੇ ਰੱਖਦਾ ਅਤੇ ਅਗਲੇ ਨੇ ਖੁਸ਼ ਹੋ ਕੇ ਕੰਮ ਕਰ ਦੇਣਾ। ਜੇ ਉਹਨੂੰ ਪਤਾ ਨਹੀਂ ਗਾ ਵੀ ਮੈਂ ਬਣਾ ਕੇ ਕਿਵੇਂ ਰੱਖਣਾ, ਔਡਰ ਕਰੀ ਜਾਂਦਾ ਵੀ ਤੁਸੀਂ ਆਹ ਕਰ ਲਓ ਤੁਸੀਂ ਆਹ ਕਰ ਲਓ, ਅਗਲਾ ਕਹੂਗਾ ਯਾਰ ਇਹਨੂੰ ਪਤਾ ਨਹੀਂ ਹੈਗਾ ਗੱਲ ਕਰਨ ਦਾ, ਅਤੇ ਉਹਦੀ ਪ੍ਰੋਡਕਸ਼ਨ ਘੱਟ ਹੋ ਜਾਣੀ ਆ ਅਤੇ ਫਿਰ ਕੰਪਨੀ ਵਾਲੇ ਕਹਿਣਗੇ ਯਾਰ ਤੇਰੇ ਸ਼ਿਫਟ 'ਤੇ ਤਾਂ ਪ੍ਰੋਡਕਸ਼ਨ ਹੀ ਹੈ ਨਹੀਂ ਗੀ। ਸੋ ਇਸ ਕਰਕੇ ਇਹ ਜਿਹੜੀਆਂ ਚੀਜ਼ਾਂ ਇਹ ਜ਼ਿੰਦਗੀ ਦੇ ਵਿੱਚ ਕੰਮ ਬਹੁਤ ਆਉਂਦੀਆਂ, ਇਹ ਪਹਿਲਾ ਪੁਆਇੰਟ ਸੀਗਾ। ਹੁਣ ਸੈਕਿੰਡ ਪੁਆਇੰਟ ਜਿਹੜਾ ਉਹਦਾ ਡਾਇਰੈਕਟ ਰਿਲੇਸ਼ਨਸ਼ਿਪ ਹੈਗਾ ਕਿ ਕੀ ਮੈਨੂੰ ਪਤਾ ਮੇਰੀਆਂ ਸਟਰੈਂਥ ਅਤੇ ਵੀਕਨੈਸਿਸ ਕੀ ਆ। ਜਿਹੜਾ ਆਪਣੇ ਪੁਰਾਣੀ ਸੱਭਿਅਤਾ ਦੇ ਵਿੱਚ ਬਾਬਾ ਫਰੀਦ ਜੀ ਦੇ ਅਗਰ ਆਪਾਂ ਸਲੋਕ ਪੜ੍ਹੀਏ, ਉਹ ਸਲੋਕਾਂ ਦੇ ਵਿੱਚ ਉਹ ਬਹੁਤ ਜ਼ਿਆਦਾ ਇਸ ਚੀਜ਼ 'ਤੇ ਜ਼ੋਰ ਦਿੰਦੇ ਸੀ ਬਾਬਾ ਫਰੀਦ ਕਿ ਤੁਸੀਂ ਆਪਣੇ ਆਪ ਨੂੰ ਪਛਾਣੋ, ਤੁਸੀਂ ਐਵੇਂ ਦੂਜਿਆਂ ਨੂੰ ਨਿੰਦਣ ਤੋਂ ਪਹਿਲਾਂ ਆਪਣੇ ਗਰੇਬਾਨ ਦੇ ਵਿੱਚ ਝਾਕੋ ਅਤੇ ਦੇਖੋ ਕਿਤੇ ਮੈਂ ਦੂਜੇ ਨੂੰ ਮਾੜਾ ਕਹੀ ਜਾਣਾ ਪਰ ਕੀ ਮੈਂ ਕੋਈ ਖਾਸ ਚੰਗਾ ਕਿ ਮੇਰੇ 'ਚ ਤਾਂ ਨਹੀਂ ਕੋਈ ਔਗਣ। ਉਹ ਜਿਹੜੀ ਇੰਟਰੋਸਪੈਕਸ਼ਨ ਦੀ ਗੱਲ ਕਰਦੇ ਹਾਂ ਉਹ ਇਹਦਾ ਸੈਕਿੰਡ ਪੁਆਇੰਟ ਆ ਕਿ ਕੀ ਬੱਚੇ ਨੂੰ ਆਪਣੀਆਂ ਕਮਜ਼ੋਰੀਆਂ ਦਾ ਪਤਾ ਅਤੇ ਆਪਣੀਆਂ ਅੱਛਾਈਆਂ ਦਾ ਪਤਾ। ਜੇ ਉਹਨੂੰ ਪਤਾ ਜਿੰਨੀਆਂ ਜ਼ਿਆਦਾ ਅੱਛਾਈਆਂ ਅਤੇ ਕਮਜ਼ੋਰੀਆਂ ਹੋਣਗੀਆਂ ਇਹਦਾ ਡਾਇਰੈਕਟ ਰਿਲੇਸ਼ਨਸ਼ਿਪ ਅਗਰ ਇੱਕ ਇਨਸਾਨ ਦੇ ਕੌਨਫੀਡੈਂਸ ਲੈਵਲ ਨਾਲ ਆ ਵੀ ਮੈਂ ਕਰ ਲੂੰ, ਕਿਉਂਕਿ ਉਹਨੂੰ ਆਪਣੀਆਂ ਅੱਛਾਈਆਂ ਦਾ ਪਤਾ। ਹੁਣ ਜੇ ਫਰਜ਼ ਕਰ ਲਓ ਇੱਕ ਬੱਚੇ ਨੇ ਕਿਸੇ ਚੀਜ਼ ਨੂੰ ਟੱਪ ਕੇ ਪਰਲੇ ਪਾਸੇ ਪਹੁੰਚਣਾ ਅਤੇ ਉਹਨੂੰ ਪਤਾ ਕਿ ਮੈਂ ਟੱਪ ਜੂੰਗਾ ਤਾਂ ਫਿਰ ਉਹ ਛਾਲ ਮਾਰ ਦੂੰਗਾ, ਜੇ ਉਹਨੂੰ ਇਹ ਨਹੀਂ ਪਤਾ ਤਾਂ ਹੋ ਸਕਦਾ ਵਿੱਚ ਹੀ ਰਹਿ ਜੇ ਕਿਉਂਕਿ ਉਹਨੇ ਗਲਤ ਜੱਜਮੈਂਟ ਕਰ ਲਈ। ਉਹਨੂੰ ਜੱਜਮੈਂਟ ਕਿਉਂ ਨਹੀਂ ਹੋਈ? ਕਿਉਂਕਿ ਉਹਨੇ ਕਦੇ ਆਪਣੇ ਆਪ ਨੂੰ ਦੇਖਿਆ ਨਹੀਂ ਵੀ ਮੈਂ ਕਿੰਨਾ ਕੁ ਜੱਜ ਕਰਨਾ। ਉਹ ਜਿਹੜੀ ਜੱਜਮੈਂਟਸ ਆ ਜਿਹੜੀਆਂ ਉਹ ਕੌਨਫੀਡੈਂਸ ਲੈਵਲ ਆ ਉਹ ਇਸ ਚੀਜ਼ 'ਚੋਂ ਆਉਂਦਾ ਕਿ ਕੀ ਇਨਸਾਨ ਆਪਣੀਆਂ ਅੱਛਾਈਆਂ ਅਤੇ ਬੁਰਾਈਆਂ ਦਾ ਨਾਪਤੋਲ ਕਰਦਾ ਕਿ ਨਹੀਂ ਕਰਦਾ, ਉਹਦੀ ਇੰਟਰੋਸਪੈਕਸ਼ਨ ਕਰਦਾ ਕਿ ਨਹੀਂ ਕਰਦਾ, ਉਹਦੀ ਸਵੈ ਪੜਚੋਲ ਕਰਦਾ ਕਿ ਨਹੀਂ ਕਰਦਾ। ਇਹ ਆਪਾਂ ਨੂੰ ਬੱਚੇ ਨੂੰ ਸਿਖਾਉਣਾ ਪੈਂਦਾ ਕਿਉਂਕਿ ਜੇ ਅਸੀਂ ਇਹ ਬੱਚੇ ਨੂੰ ਸਿਖਾਵਾਂਗੇ ਨਹੀਂ ਤਾਂ ਫਿਰ ਬੱਚੇ 'ਚ ਕੌਨਫੀਡੈਂਸ ਲੈਵਲ ਨਹੀਂ ਆਉਂਦਾ। ਹੁਣ ਅਗਰ ਬੱਚੇ ਨੂੰ ਇਹ ਨਹੀਂ ਪਤਾ ਕਿ ਮੈਂ ਬੋਲ ਸਕਦਾ ਅਤੇ ਜੇ ਤੁਸੀਂ ਉਹਨੂੰ ਭੀੜ ਦੇ ਸਾਹਮਣੇ ਖੜ੍ਹਾ ਕਰਤਾ ਹੋ ਸਕਦਾ ਬੋਲੇ ਹੀ ਨਾ ਡਰਦਾ ਮਾਰਾ, ਹਾਲਾਂਕਿ ਉਹਨੂੰ ਆਉਂਦਾ ਹੋਵੇ, ਤੁਹਾਨੂੰ ਵੀ ਪਤਾ ਵੀ ਆਉਂਦਾ ਪਰ ਉਹਨੂੰ ਨਹੀਂ ਪਤਾ ਵੀ ਮੈਨੂੰ ਆਉਂਦਾ, ਇਸ ਕਰਕੇ ਉਹਦਾ ਕੌਨਫੀਡੈਂਸ ਹੀ ਨਹੀਂ ਬਣਨਾ। ਸੋ ਬਹੁਤ ਸਾਰੀਆਂ ਚੀਜ਼ਾਂ ਜਦੋਂ ਅਸੀਂ ਬੱਚੇ ਨੂੰ ਕਹਿੰਦੇ ਹਾਂ ਵੀ ਤੂੰ ਡਾਂਸ ਕਰਕੇ ਦਿਖਾ, ਤੂੰ ਬਹੁਤ ਸੋਹਣਾ ਡਾਂਸ ਕਰਦਾ, ਉਹ ਕਰਦਾ ਹੀ ਨਹੀਂ ਕਿਉਂਕਿ ਉਹਦਾ ਕੌਨਫੀਡੈਂਸ ਨਹੀਂ, ਉਹਨੂੰ ਇਹ ਕੌਨਫੀਡੈਂਸ ਨਹੀਂ ਗਾ ਕਿ ਮੈਂ ਕਰ ਸਕਦਾ, ਕਿਉਂਕਿ ਉਹਨੂੰ ਆਪਣੀਆਂ ਅੱਛਾਈਆਂ ਅਤੇ ਆਪਣੀਆਂ ਕਮਜ਼ੋਰੀਆਂ ਦਾ ਉਹਨੇ ਕਦੇ ਵੇਰਵਾ ਹੀ ਨਹੀਂ ਕੀਤਾ, ਅਸੀਂ ਉਹਦੇ ਨਾਲ ਕਦੇ ਬੈਠੇ ਨਹੀਂ, ਅਸੀਂ ਉਹਨੂੰ ਕਿਹਾ ਨਹੀਂ ਬਈ ਕੀ ਜੇ ਤੈਨੂੰ ਡਾਂਸ ਕਰਨਾ ਹੁਣ ਮੇਰੇ ਸਾਹਮਣੇ ਤੂੰ ਡਾਂਸ ਕਰਕੇ ਵਧੀਆ ਕਰ ਲੈਂਦਾ ਤਾਂ ਕਿਹੜੀ ਚੀਜ਼ ਤੈਨੂੰ 10 ਬੰਦਿਆਂ ਦੇ ਮੂਹਰੇ ਡਾਂਸ ਕਰਨ ਨੂੰ ਰੋਕਦੀ ਆ? ਤੇਰਾ ਕੌਨਫੀਡੈਂਸ ਨਹੀਂ ਗਾ ਜਾਂ ਤੇਰੀ ਮੁਹਾਰਤ ਨਹੀਂ, ਪਰ ਮੇਰੇ ਸਾਹਮਣੇ ਤਾਂ ਤੂੰ ਕਰ ਲੈਂਦਾ ਤਾਂ ਫਿਰ ਉੱਥੇ ਕੀ ਹੋ ਜਾਂਦਾ? ਉਹਦੇ ਬਾਰੇ ਆਪਾਂ ਗੱਲ ਕਰੀਏ। ਸੋ ਜਿਹੜਾ ਕੌਨਫੀਡੈਂਸ ਆ ਬੱਚੇ 'ਚ ਪੈਦਾ ਕਰਨਾ ਇਹ ਬਹੁਤ ਜ਼ਰੂਰੀ ਆ। ਕੌਨਫੀਡੈਂਸ ਕਿਵੇਂ ਆਉਂਦਾ? ਕੌਨਫੀਡੈਂਸ ਆਉਂਦਾ ਜਦੋਂ ਬੱਚੇ ਨੂੰ ਇਹ ਪਤਾ ਲੱਗ ਜਾਂਦਾ ਵੀ ਆਹ ਮੇਰੀਆਂ ਅੱਛਾਈਆਂ ਆਹ ਮੇਰੀਆਂ ਕਮਜ਼ੋਰੀਆਂ, ਮੈਂ ਆਪਣੀਆਂ ਕਮਜ਼ੋਰੀਆਂ 'ਤੇ ਕੰਮ ਕਰੂੰਗਾ ਤਾਂ ਕਿ ਮੇਰੀਆਂ ਉਹ ਕਮਜ਼ੋਰੀਆਂ ਅੱਛਾਈਆਂ ਦੇ ਵਿੱਚ ਤਬਦੀਲ ਹੋ ਜਾਣ। ਇਹ ਸੈਕਿੰਡ ਪੁਆਇੰਟ ਆਪਣਾ, ਰਾਈਟ।
थर्ड हैगा कि बच्चा दे उत्ते तुसी विश्वास करते हो, ट्रस्ट तुसी इंटैग्रिटी दे नाल जोना, पर इंटैग्रिटी का एक पार्ट होंदा कि तुसी अपने बच्चे ते ट्रस्ट कर सकते हो। हुण बहुत वारी जदों मैनू तकरीबन 40 साल हो गए मापिया नाल काम करते बच्चों की परवरिश के उत्ते, मैं बहुत घट मापे देखे जिन्हां नूं अपने बच्चों ते विश्वास आ। ज्यादा मापे मैं ये देखे जिन्हां नूं अपने बच्चों ते विश्वास नहीं गा ते वो फोन कर कर चैक करते आ भी ये बाहर गया ये कुछ कर ना लवे, ये बाहर गया ये कुछ कर ना लवे, इन कुछ हो ना जाए, और उन्हां दी वधिया तरीके नाल वो जस्टिफाई पता किवें करते आ, वो जस्टिफाई ये करते हैं भी साडा बच्चा तो सियाणा पर बाहरले बच्चे का सानू कोई पता नहीं, इस करके असीं तां फोन करते हाँ ये देखने वास्ते कि ये ठीक ठाक है कि नहीं। इहदा मतलब जे बाहर दुनिया माड़ी भी आ कि तुसी अपने बच्चे नू इन्नियां स्किल्स दित्तियां भी वह सर्वाइव कर जाए, जे तुसी नहीं दित्तियां जिवें हुण फॉर एग्जाम्पल मैनू हजे चेता जदों मेरी डॉटर 18 साल की सी और उन्हें अपना ड्राइवर लाइसेंस लैके कार लीती पुरानी, उन्हूं असीं बैठ के यही कहा भी तू कुड़ी आ ये हो सकता कि किसी दिन तो 10-11 बजे किसी जगह पर अपने स्कूलों आवें या कॉलेज चो आवें तो तेनों पहला हूँ दुपहरे तो यूनिवर्सिटी गई हाँ या कॉलेज गई हाँ हूँ तेनों पता कि तेनों 7 बज जाने के नेरा हो जू तैं एज ए वूमन और अपनी सेफ्टी लई तैं की प्रिपेयर किया की तेनों पता भी तेनों कार उस जगह पर खड़ी करनी चाहिए सी जिथे लाइट होवे। अगर तेनू लगता किसी ऐसी सुनसान जगह तो तू जाएगी फिर तू फोन कर कॉलेज सिक्योरिटी भी मैंने छड़ के आओ, उन्होंने को गोल्फ कार्ट जी होंगी वो तुम्हें बिठा के छड़े थोड़ी कार को, जानी ये अगर तुम बच्चे दसोगे नहीं तो उन्होंने किमें पता लगेगा। सो ये जरा ट्रस्ट आदा मतलब जदों तुम एक बार बच्चे दसता भी आ डिफिकल्ट सिचुएशन हो सकदियाँ, ये डिफिकल्ट सिचुएशन के आ हल आ, इन्हों प्रैक्टिस करो ताकि थोनू कोई मुश्किल का सामना ना करना पाए। यदा मतलब असी वो इंटैग्रिटी उन्होंने करती थोनू फिक्र करने की लड़ नहीं क्योंकि तुम उन्होंने सिखाता भी अगर तुम प्रॉब्लम चो अगर फर्ज कर लो तो गलती नाल पार्क भी करती थोनू नहीं मिली लैंप के थले किसी ऐसी जगह पर पार्क की कार जिथे नेरा हूँ तुम एज ए वूमन रात को 8 बजे बिल्कुल नेरा होया जा रहे हो तुम जाने तो पहले रुक जाओगे तुम कहो ओके इट्स नॉट सेफ जे सेफ नहीं तो मेरे को अल्टरनेटिव की आ अच्छा मैं सिक्योरिटी को फोन करा तुम वापस चले जाओगे तुम उ बटन लगे होंगे तुम उन्होंने फोन करोगे भी प्लीज सेंड मी ए कार आई एम स्केयर्ड टू गो टू माई कार ओके वो प्रॉब्लम सॉल्व होगी। हूँ जोड़ा ट्रस्ट आ कितों आता ये आता जदों तुम मुश्किलों का हल लभ लोगे और तुम ये बच्चे ट्रेनिंग दी आ कि तुम मुश्किलों का हल लभो। सो जे आप इस चीज़ को आप कर सकते हैं फिर आप मतलब कि अपने बच्चे नू इंटैग्रिटी दे नाल जीना मतलब कि आप कर सकते हैं। दूजा हैगा जिहड़ा कि अपने कल्चर दे विच आपां बच्चे दे नाल काम नहीं करते वो हैगा कि जिहड़ा अपना रिश्ता वो आपने डिफाइन किया होया ना दे के मामे की आ रिस्पोंसिबिलिटी आ चाचे की आ रिस्पोंसिबिलिटी आ भूआ की ज फुफड़ की आ रिस्पोंसिबिलिटी आ। हूँ जे फर्ज कर लो बच्चा नोटिस करता भी ये जड़ा चाचा एदियाँ एथिकल वैल्यूज़ नहीं गियाँ जां एदियाँ जिहड़ियां वैल्यूज़ आ वो मेरे वैल्यूज़ नाल मिलदियां नहीं तां तुसी उस चीज़ नूं लैणा किवें आ ते बिहेव किवें करना। हूँ जे कोई मतलब के थोड़े अपने घरां दे विच कोई गाल कढ के गल कर रहा थोनू सिखाया गया भी गाला नहीं कढ़ी दियाँ पर तुसी अपने किसी रिश्तेदार के घर जाने तो गाला कढ़ी जाता हूँ की करोगे। हूँ बच्चे के सामने एक दुविधा खड़ी होगी एक पासे तुसी कहने हो भी ये थोड़ा मतलब कि चाचा मामा ताया भूआ जो तुसी रिश्ता देना उन्हूं तुसी करता ये भी इंपोर्टेंट होंदा ये रिश्ता बड़ा इंपोर्टेंट आ दूसरे पासे तुसी इंपोर्टेंस की भी गाला नहीं कढ़ी दियाँ। हूँ वो बच्चा दुविधा चा भी एक पासे रिश्ता बड़ा इंपोर्टेंट आ एक पासे ये जरा रिश्ता ये गले कढ़ी जाता तो मैं हूँ किधरले पासे जावा वो जी चॉइस आ
ਉਹ ਅਗਰ ਤੁਹਾਨੂੰ ਮਤਲਬ ਕਿ ਇਮੋਸ਼ਨਲ ਇੰਟੈਲੀਜੈਂਸ ਹੋਊ ਫਿਰ ਤੁਸੀਂ ਸਹੀ ਕਰੋਗੇ ਵਰਨਾ ਸਹੀ ਨਹੀਂ ਕਰੋਗੇ। ਇਸੇ ਕਰਕੇ ਹੀ ਆਪਾਂ ਨੇ ਇਹ ਦੇਖਿਆ ਔਰ ਅੱਜ ਕੱਲ੍ਹ ਇਹ ਬਹੁਤ ਚੀਜ਼ਾਂ ਸਾਹਮਣੇ ਆ ਰਹੀਆਂ ਕਿ ਜਦੋਂ ਛੋਟੇ ਕੁੜੀਆਂ ਛੋਟੇ ਮੁੰਡਿਆਂ ਦਾ ਸ਼ੋਸ਼ਣ ਹੁੰਦਾ, ਸਰੀਰਕ ਸ਼ੋਸ਼ਣ ਹੁੰਦਾ, ਉਹਦੇ ਵਿੱਚ ਬੱਚੇ ਨੂੰ ਇਹ ਇੰਟੈਲੀਜੈਂਸ ਨਹੀਂ ਹੁੰਦੀ ਕਿ ਮੇਰੇ ਨਾਲ, ਉਹਨੂੰ ਇਹ ਤਾਂ ਪਤਾ ਲੱਗ ਜਾਂਦਾ ਵੀ ਮੇਰੇ ਨਾਲ ਕੁਛ ਗਲਤ ਹੋ ਰਿਹਾ ਪਰ ਉਹ ਕਰ ਨਹੀਂ ਕੁਛ ਪਾਉਂਦਾ ਕਿਉਂਕਿ ਉਹਨੂੰ ਦੱਸਿਆ ਹੀ ਨਹੀਂ, ਆਪਾਂ ਨੇ ਸਿਖਾਇਆ ਹੀ ਨਹੀਂ। ਅਸੀਂ ਤਾਂ ਉਸ ਰਿਲੇਸ਼ਨਸ਼ਿਪ ਦੀ ਇੰਪੋਰਟੈਂਸ ਦੱਸੀ ਆ ਪਰ ਕੀ ਉਹ ਰਿਲੇਸ਼ਨਸ਼ਿਪ ਦੇ ਵਿੱਚ ਕੁਛ ਗਲਤ ਹੋ ਸਕਦਾ? ਇਹ ਤਾਂ ਪੋਸੀਬਿਲਿਟੀ ਹੈਗੀ ਆ। ਅਤੇ ਉਹ ਫਿਰ ਬੱਚੇ ਨੇ ਉਹ ਕਿਸ ਚੀਜ਼ ਉਸ 'ਚੋਂ ਨਿਕਲਣਾ ਕਿਵੇਂ ਆ ਉਹਦੇ ਬਾਰੇ ਅਸੀਂ ਕੁਛ ਨਹੀਂ ਕਰਦੇ। ਇਸ ਕਰਕੇ ਇਹ ਜਿਹੜਾ ਚੌਥਾ ਵੀ ਅਸੀਂ ਇੰਟੈਗਰਿਟੀ ਬੱਚੇ ਨੂੰ ਕਿਵੇਂ ਸਿਖਾਉਣੀ ਆ ਉਹਦੇ 'ਚ ਟਰੱਸਟ ਵੀ ਆ ਜਾਂਦਾ ਅਤੇ ਉਹਦੇ 'ਚ ਇਹ ਸਮਝ ਆ ਜਾਂਦੀ ਆ ਕਿ ਆਹ ਰਿਲੇਸ਼ਨਸ਼ਿਪ ਆ ਅਤੇ ਇਹ ਰਿਲੇਸ਼ਨਸ਼ਿਪ ਦੇ ਵਿੱਚ ਇਸ ਤਰੀਕੇ ਨਾਲ ਵਿਚਰਨਾ, ਜੇ ਨਹੀਂ ਵਿਚਰਨਾ ਤਾਂ ਸਾਨੂੰ ਕੁਛ ਕਰਨਾ ਚਾਹੀਦਾ। ਸੋ ਇਹ ਚੀਜ਼ਾਂ ਕੁਛ ਜਿਹੜੀਆਂ ਚੀਜ਼ਾਂ ਹੈਗੀਆਂ ਇਹ ਬਹੁਤ ਇੰਪੋਰਟੈਂਟ ਆ। ਅਤੇ ਚੌਥਾ ਜਿਹੜਾ ਸੀਗਾ ਉਹ ਇਹ ਸੀ ਕਿ ਕੀ ਅਸੀਂ ਆਪਣੀਆਂ ਜਿਹੜੀਆਂ ਭਾਵਨਾਵਾਂ ਸਾਡੇ ਅੰਦਰ ਉੱਭਰਦੀਆਂ ਅਸੀਂ ਪਛਾਣ ਲੈਂਦੇ ਹਾਂ ਕਿ ਸਾਨੂੰ ਪਤਾ ਵੀ ਫਰਸਟ੍ਰੇਸ਼ਨ, ਐਂਗਰ ਅਤੇ ਵਾਇਲੈਂਸ ਦਾ ਆਪਸ ਵਿੱਚ ਕਨੈਕਸ਼ਨ ਆ। ਪਹਿਲਾਂ ਸਾਨੂੰ ਖਿੱਚ ਚੜ੍ਹਦੀ ਆ, ਫਿਰ ਸਾਨੂੰ ਗੁੱਸਾ ਆਉਂਦਾ, ਫਿਰ ਅਸੀਂ ਆਪੇ 'ਚੋਂ ਬਾਹਰ ਹੋ ਜਾਂਦੇ ਹਾਂ। ਇਹ ਤਿੰਨ ਸਟੇਜਾਂ ਕੀ ਅਸੀਂ ਇਹਨੂੰ ਪਛਾਣਦੇ ਹਾਂ, ਕੀ ਅਸੀਂ ਪਛਾਣਦੇ ਹਾਂ ਕਿ ਸਾਨੂੰ ਕੋਈ ਚੀਜ਼ ਚੰਗੀ ਲੱਗੀ ਅਤੇ ਸਾਥੀ ਕਿਹਾ ਵੀ ਚੱਲ ਖਰੀਦ ਲਈਏ ਅਤੇ ਬਾਅਦ 'ਚ ਦੇਖਿਆ ਤਾਂ ਉਸ ਯਾਰ ਸਾਡੇ ਕੋਲ ਪੈਸੇ ਹੈ ਨਹੀਂ, ਉਹ ਚੱਲ ਬਾਅਦ 'ਚ ਦੇਖਾਂਗੇ, ਚੱਲ ਹੁਣ ਖਰੀਦ ਲਈਏ, ਅਸੀਂ ਉਹ ਚੀਜ਼ ਖਰੀਦ ਲਈ, ਹੁਣ ਸਾਡੇ ਕੋਲ ਘਰ ਪਹੁੰਚਣ ਨੂੰ ਪੈਸੇ ਹੈ ਨਹੀਂ ਕਿਉਂਕਿ ਅਸੀਂ ਸਾਰੇ ਲਾਤੇ। ਇਹਦਾ ਮਤਲਬ ਸਾਡੀਆਂ ਜਿਹੜੀਆਂ ਇਮੋਸ਼ਨਸ ਆ ਉਹ ਇੰਨੀਆਂ ਡੋਮੀਨੈਂਟ ਹੋ ਗਈਆਂ ਕਿ ਜਿਹੜੀਆਂ ਭਵਿੱਖ ਦੇ ਵਿੱਚ ਆਉਣ ਵਾਲੀਆਂ ਸਮੱਸਿਆਵਾਂ ਉਹਨਾਂ ਦੇ ਬਾਰੇ ਅਸੀਂ ਕੇਅਰ ਨਹੀਂ ਕਰਦੇ, ਅਸੀਂ ਆਪਣੀਆਂ ਫੀਲਿੰਗਸ ਓਰੀਐਂਟਡ ਡਿਸੀਜ਼ਨਸ ਲੈਂਦੇ ਹਾਂ। ਸੋ ਇਮੋਸ਼ਨਲੀ ਜਿਹੜਾ ਹੈਗਾ ਇਮੋਸ਼ਨਸ ਨੂੰ ਰੈਗੂਲੇਟ ਕਰਨਾ ਅਤੇ ਕੰਟਰੋਲ ਕਰਨਾ ਇਹ ਬਹੁਤ ਜ਼ਰੂਰੀ ਆ। ਇਹ ਮਾਪਿਆਂ ਨੂੰ ਬੱਚੇ ਨੂੰ ਸਿਖਾਉਣਾ ਚਾਹੀਦਾ ਵੀ ਹਰ ਇੱਕ ਚੀਜ਼ ਦਾ ਇੱਕ ਟਾਈਮ ਹੁੰਦਾ ਔਰ ਜਿਹੜੀਆਂ ਇਮੋਸ਼ਨਸ ਹੈ ਫਲਕਚੁਏਟ ਹੁੰਦੀਆਂ। ਅਗਰ ਤੁਸੀਂ ਸਵੇਰੇ ਉਦਾਸ ਹੋ ਸਕਦਾ ਦੁਪਹਿਰ ਤੱਕ ਤੁਹਾਡੀ ਉਦਾਸੀ ਖਤਮ ਹੋ ਜਾਵੇ, ਹੋ ਸਕਦਾ ਸ਼ਾਮ ਤੱਕ ਖਤਮ ਹੋ ਜਾਵੇ, ਹੋ ਸਕਦਾ ਦੋ ਦਿਨ ਰਹੇ ਪਰ ਇੱਕ ਦਿਨ ਖਤਮ ਹੋ ਜੂ, ਔਰ ਜੇ ਨਹੀਂ ਹੁੰਦੀ ਇਹਦਾ ਮਤਲਬ ਹੁਣ ਪ੍ਰੋਬਲਮ ਆ, ਹੁਣ ਆਪਾਂ ਨੂੰ ਕੋਈ ਮਾਹਰ ਕੋਲ ਜਾ ਕੇ ਕੰਸਲਟ ਕਰਨਾ ਪਊਗਾ ਵੀ ਮੈਂ 10 ਦਿਨ ਹੋ ਗਿਆ ਜਾਂ ਮੇਰੀ ਉਦਾਸੀ ਨਹੀਂ ਜਾ ਰਹੀ, ਤਾਂ ਹੋ ਸਕਦਾ ਡਿਪਰੈਸ਼ਨ ਹੋ ਗਿਆ ਹੋਵੇ। ਸੋ ਕਹਿਣ ਤੋਂ ਮੇਰਾ ਭਾਵ ਆ ਕਿ ਜਦੋਂ ਆਪਾਂ ਨੇ ਇਮੋਸ਼ਨਸ ਦੀ ਰੈਗੂਲੇਸ਼ਨ ਕਰਨੀ ਆ ਉਹ ਚੀਜ਼ਾਂ ਬਹੁਤ ਇੰਪੋਰਟੈਂਟ ਆ। ਅਤੇ ਪੰਜਵੀਂ ਜਿਹੜੀ ਇਮੋਸ਼ਨਲ ਇੰਟੈਲੀਜੈਂਸ ਆ, ਇਮੋਸ਼ਨਲ ਜਿਹੜਾ ਕੁਐਸ਼ਨਟ ਆ, ਉਹਦੇ 'ਚ ਇਹ ਆਉਂਦਾ ਕਿ ਆਪਣੇ ਕੋਲ ਤਿੰਨ ਤਰੀਕੇ ਨਾਲ ਆਪਾਂ ਜ਼ਿੰਦਗੀ ਜਿਉਂ ਸਕਦੇ ਹਾਂ। ਇੱਕ ਤਾਂ ਹੈਗੀ ਆ ਕਿ ਅਸੀਂ ਪਿਛੋਕੜ 'ਚ, ਜੇ ਮੈਂ 2000 ਦੇ ਵਿੱਚ ਘਰ ਲੈ ਲੈਂਦਾ ਤਾਂ ਹੁਣ ਮੇਰਾ ਘਰ ਫ੍ਰੀ ਹੋਣਾ ਸੀ, ਇਹ ਹੁਣ ਮੈਂ ਹਮੇਸ਼ਾ ਹੀ ਦੁਖੀ ਰਹੂੰਗਾ। ਜੇ ਮੈਂ ਉਦੋਂ ਨਵੀਂ ਕਾਰ ਨਾ ਲੈਂਦਾ ਤਾਂ ਮੈਨੂੰ ਇੰਨਾ ਇੰਟਰਸਟ ਨਹੀਂ ਸੀ ਪੈਣਾ। ਜੇ ਮੈਂ ਉਦੋਂ ਇਸ ਜਗ੍ਹਾ ਤੋਂ ਮੂਵ ਹੋ ਕੇ ਉਸ ਜਗ੍ਹਾ 'ਤੇ ਚਲੇ ਜਾਂਦਾ, ਆਹ ਜੌਬ ਛੱਡ ਕੇ ਆਹ ਲੈ ਲੈਂਦਾ ਤਾਂ ਹੁਣ ਨੂੰ ਮੇਰੇ ਕੋਲ ਆਹ ਹੋਣਾ ਸੀ। ਕੁਛ ਬੰਦੇ ਐਸੇ ਹੁੰਦੇ ਆ ਜ਼ਿੰਦਗੀ 'ਚ ਜਿਹੜੇ ਹਮੇਸ਼ਾ ਪਿਛੋਕੜ 'ਚ ਜਿਉਂਦੇ ਆ, ਉਹਨਾਂ ਨੂੰ ਉਹ ਚੀਜ਼ਾਂ ਜਿਹੜੀਆਂ ਉਹਨਾਂ ਨੇ ਸਹੀ ਨਿਰਣਾ ਨਹੀਂ ਲਿੱਤਾ ਹੁੰਦਾ ਉਹਨਾਂ ਨੂੰ ਬੋਦਰ ਕਰਦੀਆਂ, ਖਾਈ ਜਾਂਦੀਆਂ ਅੰਦਰ। ਕੁਛ ਬੰਦੇ ਜ਼ਿੰਦਗੀ 'ਚ ਗੁਰਸ਼ਰਨ ਇਹੋ ਜਿਹੇ ਆ ਜਿਹੜੇ ਕਿ ਭਵਿੱਖ 'ਚ ਜਿਉਂਦੇ ਆ, ਉਹ ਹੁਣ ਜਿਹੜਾ ਕੁਛ ਉਹਨਾਂ ਕੋਲ ਨਹੀਂ, ਉਹ ਯਾਰ ਇਹ ਕੋਈ ਜੌਬ ਆ ਮੇਰੀ, ਇਹ ਜੌਬ ਕੁਛ ਨਹੀਂ ਗੀ, ਮੈਨੂੰ ਕੁਛ ਨਾ ਕੁਛ ਕਰਕੇ ਕਰਨਾ ਕੁਛ ਹੈ ਨਹੀਂ ਯਾਰ, ਮੈਂ ਨਾ ਕੁਛ ਕਰੀਏ। ਉਹ ਦੇਖ ਲਾ ਉਹ ਫਲਾਨਾ ਬੰਦਾ ਆਇਆ, ਉਹ ਦੇਖ ਲਾ 3 ਸਾਲ ਹੀ ਹੋਏ ਆ ਕਨੇਡਾ 'ਚ ਆਏ ਨੂੰ, ਲੈ ਬੜੀ ਸੋਹਣੀ ਜੌਬ ਲੈ ਕੇ ਬਹਿ ਗਿਆ, ਇਹ ਯਾਰ ਪਤਾ ਨਹੀਂ ਇਹ ਕਿਵੇਂ ਜੌਬਾਂ ਲੈ ਲੈਂਦੇ, ਇਹ ਹੇਰਾ ਫੇਰੀ ਕਰਦੇ ਹੋਣੇ ਆ ਕੋਈ ਨਾ ਕੋਈ। ਇਹ ਬੰਦਾ ਇਹ ਵੀ ਦੁਖੀ ਰਹੂਗਾ ਕਿਉਂਕਿ ਇਹ ਭਵਿੱਖ 'ਚ ਜਿਉਂਦਾ, ਇਹਨੇ ਆਪ ਕੁਛ ਨਹੀਂ ਕਰਨਾ, ਲੇਕਿਨ ਐਵੇਂ ਹਵਾਈ ਖਵਾਲ ਜੇ ਬਣਾਈ ਜਾਣੀ ਆ, ਸਟੇਟਮੈਂਟ ਇਸ਼ੂ ਕਰੀ ਜਾਣੀ ਆ। ਜਿਹੜਾ ਇਮੋਸ਼ਨਲ ਇੰਟੈਲੀਜੈਂਸ ਵਾਲਾ ਬੰਦਾ ਹੁੰਦਾ ਉਹ ਨਾ ਪ੍ਰੈਜੈਂਟ 'ਚ ਜਿਉਂਦਾ, ਉਹ ਸਟਰੈਂਥਸ ਅਤੇ ਵੀਕਨੈਸਿਸ ਦੇਖਦਾ ਮੈਂ ਕਿੱਥੇ ਖੜ੍ਹਾਂ, ਅਤੇ ਜਿਹੜੀਆਂ ਵੀਕਨੈਸਿਸ ਆ ਉਹਨਾਂ ਨੂੰ ਆਈਡੈਂਟੀਫਾਈ ਕਰਕੇ ਅਤੇ ਉਹਨਾਂ ਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰਦਾ। ਇਹਦਾ ਮਤਲਬ ਜਿਹੜਾ ਇਮੋਸ਼ਨਲ ਬੰਦਾ ਹੁੰਦਾ, ਇਮੋਸ਼ਨਲ ਇੰਟੈਲੀਜੈਂਟ ਵਾਲਾ ਬੰਦਾ ਹੁੰਦਾ, ਉਹ ਬੰਦਾ ਬੜਾ ਡਰਾਮੇ ਵਾਲਾ ਹੁੰਦਾ, ਬੜਾ ਜਾਣੀ ਆਪਣੀ ਜਗ੍ਹਾ 'ਤੇ ਕਾਮ ਹੁੰਦਾ, ਉਹਨੂੰ ਪਤਾ ਮੈਂ ਜ਼ਿੰਦਗੀ 'ਚ ਕੀ ਕਰ ਰਿਹਾ ਕਿਉਂਕਿ ਉਹਨੇ ਪ੍ਰੈਜੈਂਟ ਫੋਕਸਡ ਆ। ਸੋ ਇਹ ਬਹੁਤ ਇੰਪੋਰਟੈਂਟ ਆ ਕਿ ਆਪਾਂ ਬੱਚੇ ਨੂੰ ਅੱਜ ਦੇ ਬਾਰੇ ਦੱਸੀਏ। ਤੁਸੀਂ ਦੇਖੋਗੇ ਕਿ ਬੱਚੇ ਨੂੰ ਜੇ ਤੁਸੀਂ ਹੁਣ ਬਿਠਾਓਗੇ, ਜਾਣੀ ਬੱਚੇ ਨੂੰ ਉਹਨੂੰ ਕਹੋਗੇ ਵੀ ਚੱਲ ਤੂੰ ਆਪਣੀ ਅਸਾਈਨਮੈਂਟ ਕਰ ਲਾ ਜਿਹੜੀ ਤੈਨੂੰ ਸਕੂਲ 'ਤੇ ਮਿਲੀ ਆ, ਅਤੇ ਥੋੜ੍ਹੀ ਦੇਰ ਬਾਅਦ ਉਹਦਾ ਫੋਨ ਵੱਜ ਗਿਆ ਅਤੇ ਉਹਦੇ ਦੋਸਤ ਨੇ ਕਿਹਾ ਚੱਲ ਅੱਜ ਆਪਾਂ ਬਾਸਕਟਬਾਲ ਖੇਡੀਏ ਬਾਹਰ, ਉਹਨੇ ਚੁੱਪ ਕਰਕੇ ਤੁਰ ਪੈਣਾ।
ਉਹ ਫਿਊਚਰ ਫੋਕਸਡ ਹੋ ਗਿਆ, ਉਹ ਪ੍ਰੈਜ਼ੈਂਟ ਫੋਕਸ 'ਤੇ ਰਿਹਾ ਹੀ ਨਹੀਂ। ਸੋ ਜਿਹੜਾ ਪ੍ਰੈਜ਼ੈਂਟ 'ਤੇ ਫੋਕਸ ਕਰਨਾ ਇਹ ਬੱਚੇ ਵਾਸਤੇ ਬਹੁਤ ਇੰਪੋਰਟੈਂਟ ਆ। ਛੇਵਾਂ ਪੁਆਇੰਟ ਆ ਕਿ ਤੁਹਾਨੂੰ ਕੌਣ ਮੋਟੀਵੇਟ ਕਰਦਾ, ਕੋਈ ਬਾਹਰੋਂ ਆਉਂਦਾ ਮੋਟੀਵੇਟ ਕਰਨ ਵਾਸਤੇ, ਕਿਉਂਕਿ ਤੁਸੀਂ ਖੁਦ ਹੀ ਆਪਣੇ ਆਪ ਨੂੰ ਮੋਟੀਵੇਟ ਕਰਦੇ ਹੋ ਵੀ ਮੈਂ ਪੜ੍ਹਨਾ, ਮੈਂ ਆਪਣੀ ਅਸਾਈਨਮੈਂਟ ਕਰਨੀ ਹੈ, ਮੈਂ ਆਹ ਕਰਨਾ, ਮੈਂ ਆਹ ਕਰਨਾ, ਮੈਂ ਆਹ ਕਰਨਾ। ਹੁਣ ਬਹੁਤ ਸਾਰੇ ਬੰਦੇ ਆ ਜਿਹੜੇ ਖੁਦ ਹੀ ਕੋਈ ਨਾ ਕੋਈ ਕੋਰਸ ਲੈ ਲੈਂਦੇ ਆ, ਉਹ ਕਹਿੰਦੇ ਆ ਵੀ ਚੱਲ ਯਾਰ ਮੈਂ ਮਤਲਬ ਕਿ ਇੱਕ ਘੰਟਾ ਹੀ ਆ, ਇੱਕ ਘੰਟਾ ਮੈਂ ਪੜ੍ਹ ਲਿਆ ਕਰੂੰ ਅਤੇ ਮੇਰੇ ਵਾਸਤੇ ਇਹ ਜ਼ਿੰਦਗੀ 'ਚ ਫਾਇਦਾ ਹੋ ਜੂ। ਉਹ ਖੁਦ ਹੀ ਮੋਟੀਵੇਟਡ ਆ। ਅਤੇ ਕਿਸੇ ਬੱਚੇ ਨੂੰ ਤੁਹਾਨੂੰ ਕਹਿਣਾ ਪੈਂਦਾ ਵੀ ਯਾਰ ਤੂੰ ਟਾਈਮ ਵੇਸਟ ਕਰੀ ਜਾਂਦਾ, ਕੁਛ ਪੜ੍ਹ ਲਿਆ ਕਰ, ਐਵੇਂ ਬੈਠਾ ਤੂੰ ਆਹ ਟਿਕਟੋਕ 'ਤੇ ਵੀਡੀਓ ਹੀ ਦੇਖੀ ਜਾਂਦਾ ਚਾਰ ਚਾਰ ਘੰਟੇ, ਅਤੇ ਇਹ ਚਾਰ ਘੰਟੇ 'ਚ ਇੱਕ ਘੰਟਾ ਹੀ ਤੂੰ ਪੜ੍ਹ ਲਿਆ ਕਰ। ਤੁਸੀਂ ਕਿਵੇਂ ਮੋਟੀਵੇਟਡ ਹੋ? ਕੋਈ ਤੁਹਾਨੂੰ ਮੋਟੀਵੇਟ ਕਰ ਰਿਹਾ ਕਿ ਤੁਸੀਂ ਖੁਦ ਹੀ ਆਪਣੀ ਆ ਇੰਟਰਨਲ ਆ? ਜਿਹਨਾਂ ਬੰਦਿਆਂ 'ਚ ਇਮੋਸ਼ਨਲ ਇੰਟੈਲੀਜੈਂਸ ਚਾਹਦੇ ਹੁੰਦੇ ਆ, ਉਹ ਆਪਣੇ ਆਪ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਮੋਟੀਵੇਟ ਕਰਕੇ ਅੱਗੇ ਵੱਧਦੇ ਰਹਿੰਦੇ ਆ। ਅਤੇ ਫਾਈਨਲ ਪੁਆਇੰਟ ਹੈਗਾ ਕਿ ਜਿਹੜਾ ਬੰਦਾ ਇਮੋਸ਼ਨਲੀ ਇੰਟੈਲੀਜੈਂਟ ਆ ਉਹ ਆਪਣੀਆਂ ਬਾਉਂਡਰੀਜ਼ ਬਹੁਤ ਸਟਰੋਂਗ ਰੱਖਦਾ, ਉਹ ਕਿਸੇ ਨੂੰ ਪੈਨੇਟਰੇਟ ਨਹੀਂ ਕਰਨ ਦਿੰਦਾ ਆਪਣੇ ਅੰਦਰ। ਉਹ ਬੜੀ ਕਲੀਅਰ ਤਰੀਕੇ ਨਾਲ ਉਹ ਕਹਿੰਦਾ ਵੀ ਆਹ ਮੇਰੀ ਜ਼ਿੰਦਗੀ ਆ, ਇੱਥੋਂ ਤੱਕ ਮੈਂ ਤੁਹਾਨੂੰ ਅਲਾਓ ਕਰੂੰਗਾ, ਉਸ ਤੋਂ ਬਾਅਦ ਮੈਂ ਤੁਹਾਨੂੰ ਅਲਾਓ ਨਹੀਂ ਕਰਨਾ ਵੀ ਮੇਰੀ ਜ਼ਿੰਦਗੀ 'ਚ ਦਖਲ ਅੰਦਾਜ਼ਾ ਨਹੀਂ ਕਰਨਾ। ਇਹਦਾ ਮਤਲਬ ਇਹ ਨਹੀਂ ਗਾ ਵੀ ਮੈਂ ਤੁਹਾਡੀ ਡਿਸਰਿਸਪੈਕਟ ਕਰਦਾ, ਇਹਦਾ ਮਤਲਬ ਇੰਨਾ ਹੀ ਆ ਕਿ ਜੇ ਮੈਂ ਇਹਤੋਂ ਇਲਾਵਾ ਤੁਹਾਨੂੰ ਇੰਟਰਫੀਅਰ ਕਰਨ ਦਿੱਤਾ ਆਪਣੀ ਜ਼ਿੰਦਗੀ 'ਚ, ਮੇਰੀ ਜ਼ਿੰਦਗੀ ਦੂਬਰ ਬਣ ਜੂ। ਅਤੇ ਆਪਣੇ ਜਿਹੜੇ, ਕਿਉਂਕਿ ਆਪਣੀ ਇਮੋਸ਼ਨਲ ਇੰਟੈਲੀਜੈਂਸ ਨਹੀਂ, ਆਪਾਂ ਹਰ ਇੱਕ ਦੀ ਜ਼ਿੰਦਗੀ ਦੇ ਵਿੱਚ ਇੰਟਰਫੀਅਰ ਕਰਦੇ ਹਾਂ। ਹਰ ਇੱਕ ਬੰਦਾ ਹਰ ਇੱਕ ਨੂੰ ਪੁੱਛੀ ਜਾਂਦਾ ਤੁਸੀਂ ਵਿਆਹ ਕਦੋਂ ਕਰਾਉਣਾ, ਤੁਸੀਂ ਪੈਸੇ ਕਿੰਨੇ ਕਮਾਉਂਦੇ ਆ, ਤੁਹਾਡਾ ਘਰ ਪੇ ਆਫ ਹੋ ਗਿਆ ਕਿ ਨਹੀਂ ਹੋ ਗਿਆ, ਤੁਸੀਂ ਵਿਆਹ ਲਓ, ਤੁਸੀਂ ਵਿਆਹ ਨਾ ਕਰਾਓ, ਤੁਸੀਂ ਆਹ ਕਰ ਲਓ, ਤੁਸੀਂ ਉਹ ਕਰ ਲਓ। ਇਹ ਜਿਹੜੀ ਸਾਰੀ ਜ਼ਿੰਦਗੀ ਆ ਇਹ ਬਾਉਂਡਰੀਜ਼ ਦੀ ਵਾਇਲੇਸ਼ਨ ਆ, ਇਹਦੇ ਨਾਲ ਨੁਕਸਾਨ ਜ਼ਿਆਦਾ ਹੁੰਦਾ ਅਤੇ ਫਾਇਦਾ ਘੱਟ ਹੁੰਦਾ। ਸੋ ਇਹ ਤਕਰੀਬਨ 7 ਪੁਆਇੰਟ ਸੀਗੇ ਜਿਹੜੇ ਆਪਾਂ ਬੱਚੇ ਨੂੰ ਸਿਖਾ ਸਕਦੇ ਹਾਂ, ਬੜੀ ਕਲੀਅਰਲੀ ਸਿਖਾ ਸਕਦੇ ਹਾਂ, ਆਪਾਂ ਖੁਦ ਵੀ ਸਿੱਖ ਸਕਦੇ ਹਾਂ ਅਤੇ ਆਪਾਂ ਆਪਣੀ ਜ਼ਿੰਦਗੀ ਨੂੰ ਬੈਟਰ ਕਰ ਸਕਦੇ ਹਾਂ। ਬਲਦੇਵ ਜੀ, ਹੁਣ ਇਹ ਜਿਹੜੇ ਪੁਆਇੰਟਸ ਦੀ ਤੁਸੀਂ ਗੱਲ ਕੀਤੀ ਹੈ, ਇਹ ਸਾਇੰਸ ਦੀ ਗੱਲ ਕੀਤੀ ਹੈ, ਹੁਣ ਇਹ ਕਿਵੇਂ, ਲਾਈਕ ਕਦੇ ਕਦਾਰ ਹੋ ਸਕਦਾ ਹੈ ਕਿ ਛੋਟੇ ਹੁੰਦੇ ਪੇਰੈਂਟਸ ਤੋਂ ਇਗਨੋਰ ਹੋ ਗਏ, ਬਟ ਹੁਣ ਬੱਚਾ ਵੱਡਾ ਹੋ ਗਿਆ, ਉਹ ਆਪਣੇ ਟੀਨ ਏਜ 'ਚ ਆ ਗਿਆ, ਬਟ ਹੁਣ ਸੋਰਸ ਸਿਰਫ ਪੇਰੈਂਟਸ ਨਹੀਂ ਰਹਿ ਗਏ ਨੇ, ਹੁਣ ਹੋਰ ਵੀ ਬਹੁਤ ਸਾਰੇ ਸੋਰਸਿਸ ਹੈਗੇ ਨੇ, ਇੰਨਾ ਐਡਵਾਂਸ ਹੋ ਗਿਆ, ਇੰਟਰਨੈਟ ਅਵੇਲੇਬਲ ਹੈ, ਠੀਕ ਹੈ, ਇੰਸਟਾਗ੍ਰਾਮ ਹੋ ਗਿਆ, ਸਨੈਪਚੈਟ ਹੋ ਗਿਆ, ਉੱਥੇ ਸਾਰੀ ਚੀਜ਼ਾਂ, ਇਹ ਛੋਟੀ ਛੋਟੀ ਚੀਜ਼ਾਂ ਨੇ ਜਿਹੜੀ ਉਸ ਚੀਜ਼ ਨੂੰ ਸਮਝਦੇ ਨੇ, ਉਹ ਆਪਣੀ ਵੀਡੀਓਜ਼ ਪਾਉਂਦੇ ਨੇ, ਠੀਕ ਹੈ, ਗਾਈਡ ਕਰਨ ਦੀ ਕੋਸ਼ਿਸ਼ ਕਰਦੇ ਨੇ ਕਿ ਸਾਨੂੰ ਆਪਣੇ ਟਾਈਮ 'ਤੇ ਨਹੀਂ ਪਤਾ ਸੀ ਇਹ, ਬਟ ਇਹ ਹੁਣ ਸਾਨੂੰ ਪਤਾ ਹੈ ਅਤੇ ਅਸੀਂ ਸਾਰਿਆਂ ਨਾਲ ਆਪਣੀ ਨੌਲੇਜ ਸ਼ੇਅਰ ਕਰਨਾ ਚਾਹੁੰਦੇ ਨੇ, ਬਟ ਫਿਰ ਵੀ ਕਿਉਂ ਟੀਨੇਜਰਸ ਰਿਲੇਟ ਨਹੀਂ ਕਰ ਪਾਉਂਦੇ? ਕਿ ਉਸ ਤਰੀਕੇ ਨਾਲ ਉਹ ਬਿਲਡ ਹੋ ਚੁੱਕੇ ਹੁੰਦੇ ਨੇ ਟੀਨੇਜ ਆਉਂਦੇ ਆਉਂਦੇ, ਕਿ ਬਸ ਹੁਣ ਉਹ ਕਹਿੰਦੇ ਨੇ ਕਿ ਜਿਹੜਾ ਅਸੀਂ ਸਿੱਖਣਾ ਸੀ ਸਿੱਖ ਲਿਆ, ਇਹ ਤੋਂ ਅੱਗੇ ਅਸੀਂ ਹੁਣ ਵਧਣਾ ਨਹੀਂ। ਜੀ ਗੁਰਸ਼ਨ, ਜ਼ਿੰਦਗੀ ਦੇ ਵਿੱਚ ਫਿਲੋਸਫੀ ਦੇ ਵਿੱਚ ਇਹ ਕੁਸ਼ਚਨ ਆਉਂਦਾ, ਔਰ ਆਪਣੇ ਗੁਰੂ ਸਾਹਿਬਾਨਾਂ ਨੇ ਵੀ ਇਸ ਦੇ ਉੱਤੇ ਬਹੁਤ ਹੀ ਜ਼ਿਆਦਾ ਐਮਫੈਸਿਸ ਦਿੱਤਾ ਕਿ ਇਸ ਦੁਨੀਆਂ ਦੇ ਵਿੱਚ ਜੇ ਸਾਰਿਆਂ ਨਾਲੋਂ ਔਖਾ ਨਾ ਉਹ ਗਿਆਨ ਲੈਣਾ, ਕਿਉਂਕਿ ਜਦੋਂ ਤੁਸੀਂ ਕਿਸੇ ਚੀਜ਼ ਨੂੰ ਆਪਣੇ ਅੰਦਰ ਪਾਉਣਾ ਜਾਂ ਕਿਸੇ ਚੀਜ਼ ਨੂੰ ਤੁਸੀਂ ਸਿੱਖਣਾ ਜਾਂ ਐਕਸੈਪਟ ਕਰਨਾ, ਤੁਹਾਨੂੰ ਇਹ ਪਹਿਲਾਂ ਮੰਨਣਾ ਪੈਂਦਾ ਵੀ ਮੈਨੂੰ ਨਹੀਂ ਆਉਂਦਾ। ਹੁਣ ਮਜ਼ੇ ਦੀ ਗੱਲ ਇਹ ਆ ਕਿ 2-3 ਸਾਲ ਦਾ ਬੱਚਾ ਜਦੋਂ ਬੋਲਣਾ ਸਿੱਖਦਾ, ਜਾਂ 3 ਸਾਲ ਦਾ ਲਾ ਲਓ, ਉਹ ਪੈਂਦੇ ਸੱਟ ਹੀ ਕਹਿ ਦਿੰਦਾ ਆਈ ਨੋ। ਇਹਦਾ ਮਤਲਬ 3 ਸਾਲ ਦਾ ਬੱਚੇ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਉਹਦੀ ਈਗੋ ਇੰਨੀ ਭਾਰੀ ਹੋ ਗਈ, ਉਹਦੀ ਹੌਮੇ ਇੰਨੀ ਭਾਰੀ ਹੋ ਗਈ ਕਿ ਉਹ ਮੰਨੀ ਬੈਠਾ ਵੀ ਮੈਨੂੰ ਤਾਂ ਸਭ ਕੁਝ ਪਤਾ, ਮੈਨੂੰ ਨਹੀਂ, ਤੁਸੀਂ ਬਾਹਲਾ ਨਾ ਦੱਸੋ ਪੇਰੈਂਟਸ ਨੂੰ, ਕਹਿ ਰਿਹਾ ਉਹ ਬੇਸਿਕਲੀ ਕਿ ਆਈ ਨੋ, ਰਾਈਟ। ਸੋ ਜੇ ਆਈ ਨੋ 3-4 ਸਾਲ ਤੋਂ ਸ਼ੁਰੂ ਹੋ ਜਾਂਦਾ ਤਾਂ ਇਹਦਾ ਮਤਲਬ ਹੈਗਾ ਕਿ ਆਪਾਂ ਇੱਕ ਫਾਈਟ ਕਰ ਰਹੇ ਹਾਂ ਉਸ ਹਿਊਮਨ ਬੀਂਗ ਨਾਲ ਜਿਹੜਾ ਕਹਿੰਦਾ ਵੀ ਮੈਨੂੰ ਸਿੱਖਣ ਦੀ ਲੋੜ ਨਹੀਂ। ਔਰ ਆਪਣੇ ਕਲਚਰ ਦੀ ਇਹ ਬੜੀ ਵੱਡੀ ਟ੍ਰੈਜਡੀ ਆ ਕਿ ਅਸੀਂ ਉਦਣ ਹੀ ਸਿੱਖਦੇ ਹਾਂ ਜਿੱਦਣ ਕੁਛ ਬਹੁਤ ਵੱਡਾ ਗਲਤ ਹੋ ਜਾਂਦਾ ਸਾਡੇ ਕੋਲ, ਉਦਣ ਅਸੀਂ ਹੈਲਪ ਲਈ ਆਉਂਦੇ ਹਾਂ, ਪਰ ਉਦੋਂ ਪਹਿਲਾਂ ਅਸੀਂ ਆਪਣੀ ਜ਼ਿੰਦਗੀ ਬੈਟਰ ਬਣਾਉਣ ਵਾਸਤੇ, ਅਸੀਂ ਇੰਪਰੂਵਮੈਂਟ ਕਰਨ ਵਾਸਤੇ, ਉਹ ਸਾਰੀਆਂ ਚੀਜ਼ਾਂ ਵਾਸਤੇ ਅਸੀਂ ਸਿੱਖਣ ਵਾਸਤੇ ਤਿਆਰ ਨਹੀਂ। ਸੋ ਇੱਕ ਤਾਂ ਪੁਆਇੰਟ ਇਹ ਆ ਕਿ ਕੀ ਅਸੀਂ ਇਹ ਮੰਨਣ ਨੂੰ ਤਿਆਰ ਹਾਂ ਕਿ ਸਾਡੇ ਕੋਲ ਪੂਰੀ ਇਨਫੋਰਮੇਸ਼ਨ ਨਹੀਂ, ਕੀ ਪੀਰੀਅਡਸ ਇਹ ਮੰਨ ਸਕਦੇ ਆ ਕਿ ਹਾਂ ਅਸੀਂ ਇਹਦੇ ਤੋਂ ਮਤਲਬ ਕਿ ਵਾਂਝੇ ਰਹਿ ਗਏ ਅਤੇ ਹੁਣ ਸਾਨੂੰ ਕੁਛ ਕਰਨਾ ਚਾਹੀਦਾ, ਜਾਣੀ ਸਾਨੂੰ ਹੋਰ ਚੀਜ਼ਾਂ ਸਿੱਖਣੀਆਂ ਚਾਹੀਦੀਆਂ। ਜਿਵੇਂ ਮੈਂ ਤੁਹਾਨੂੰ ਦੱਸ ਸਕਦਾ ਕਿ ਮੇਰੀ ਜਿਹੜੀ ਬੇਟੀ ਆ ਉਹਦਾ ਜਿਹੜਾ ਹੁਣ 3 ਸਾਲ ਦਾ ਬੇਟਾ ਹੋਇਆ ਮੇਰਾ ਜਿਹੜਾ ਦੋਤਾ, ਉਹ ਸਟਬਰਨ ਕਿਸਮ ਦੀ ਪਰਸਨੈਲਿਟੀ ਆ। ਹੁਣ ਅਸੀਂ ਇੱਕ ਦਿਨ ਫੈਮਿਲੀ ਮੀਟਿੰਗ ਕੀਤੀ ਵੀ ਯਾਰ ਇਹ ਵਾਕਿਆ ਹੀ ਇਹ ਸਟਬਰਨ ਆ, ਇਹ ਹਟਦਾ ਨਹੀਂ,
ਜਾਣੀ ਇਹਦੀ ਜਿੱਤ ਤੋੜਨੀ ਬਹੁਤ ਜਾਣੀ ਪ੍ਰੋਬਲਮੈਟਿਕ ਬਣਦੀ ਆ। ਹੁਣ ਅਸੀਂ ਇਹ ਫਿਗਰ ਆਊਟ ਕਰ ਰਹੇ ਹਾਂ ਕਿ ਇਸ ਦੀ ਜਿਹੜੀ ਸਟਬਰਨੈਸ ਆ ਉਹਨੂੰ ਕਿਸੇ ਤਰੀਕੇ ਨਾਲ ਕੰਟਰੋਲ ਕੀਤਾ ਜਾਵੇ, ਅਤੇ ਹਜੇ ਸਾਡੇ ਕੋਲ ਕੋਈ ਸਲਿਊਸ਼ਨ ਨਹੀਂ ਆਇਆ ਕਿਉਂਕਿ ਹਜੇ ਉਹ 3 ਸਾਲ ਦਾ। ਐਂਡ ਵੀ ਆਰ ਟਰਾਇੰਗ ਟੂ ਫਿਗਰ ਆਊਟ ਕਿ ਇਹ ਇੰਨੀ ਵਨ ਟਰੈਕ ਮਾਈਂਡਡ ਕਿਉਂ ਆ, ਉਹ ਜਿਹੜੀ ਚੀਜ਼ ਕਰਨਾ ਚਾਹੁੰਦਾ ਉਹ ਤੂੰ ਫਿਰ ਉਹ ਹਿੱਲਦਾ ਨਹੀਂ। ਇਹਦੇ ਕੁਛ ਚੰਗੇ ਪੁਆਇੰਟ ਵੀ ਆ, ਲੇਕਿਨ ਇਹਦੇ ਕੁਛ ਨੁਕਸਾਨਦਾਇਕ ਪੁਆਇੰਟ ਵੀ ਆ। ਸੋ ਸਟਰੈਂਥਸ ਵੀ ਆ ਉਹਦੀਆਂ, ਉਹਦੀਆਂ ਵੀਕਨੈਸਿਸ ਵੀ ਆ। ਸੋ ਇਹਦੇ ਉੱਤੇ ਮਤਲਬ ਕਿ ਇਸੇ ਤਰ੍ਹਾਂ ਹੀ ਪੇਰੈਂਟਸ ਨੂੰ ਆਪਣੇ ਬੱਚਿਆਂ ਦੇ ਵਿੱਚ ਇਹ ਦੇਖਣਾ ਚਾਹੀਦਾ ਕਿ ਸਾਡੇ ਬੱਚੇ ਦਾ ਕਿਹੜਾ ਸਟਰੈਂਥ ਆ, ਕਿਹੜੀਆਂ ਵੀਕਨੈਸਿਸ ਆ, ਅਤੇ ਆਪਾਂ ਨੂੰ ਸਿੱਖ ਲੈਣਾ ਚਾਹੀਦਾ। ਚਾਹੇ ਉਹ ਯੂਟਿਊਬ ਤੋਂ ਸਿੱਖੋ, ਚਾਹੇ ਤੁਸੀਂ ਇੰਟਰਨੈਟ ਤੋਂ ਸਿੱਖੋ, ਚਾਹੇ ਤੁਸੀਂ ਕਿਸੇ ਮਾਹਰ ਕੋਲੋਂ ਸਿੱਖੋ, ਪਰ ਸਿੱਖਣਾ ਜ਼ਰੂਰ ਚਾਹੀਦਾ। ਕਿਉਂਕਿ ਆਹ ਜਿਹੜੀਆਂ 7 ਚੀਜ਼ਾਂ ਆਪਾਂ ਨੇ ਅੱਜ ਗੱਲ ਕੀਤੀ ਆ, ਅਗਰ ਇਹ ਬੱਚੇ 'ਚ ਤੁਸੀਂ ਡਿਵੈਲਪ ਕੀਤੀ, ਉਹ ਕਦੇ ਬੱਚਾ ਫੇਲ ਨਹੀਂ ਹੋਊਗਾ ਜ਼ਿੰਦਗੀ 'ਚ, ਕਿਸੇ ਕੰਡੀਸ਼ਨ 'ਚ ਉਹ ਬੱਚਾ ਫੇਲ ਨਹੀਂ ਹੋਊਗਾ, ਔਰ ਉਹ ਆਪਣਾ ਇੱਕ ਸਕਸੈਸਫੁੱਲ ਵਧੀਆ ਅਤੇ ਹੈਪੀ ਲਾਈਫ ਜਿਊਗਾ। ਬਲਦੇਵ ਜੀ, ਹੁਣ ਤੱਕ ਤਾਂ ਅਸੀਂ ਗੱਲਬਾਤ ਕਰਦੇ ਰਹੇ ਕਿ ਇਮੋਸ਼ਨਲ ਇੰਟੈਲੀਜੈਂਸ ਜ਼ਰੂਰੀ ਹੈ ਜੀ, ਬਟ ਕਿਆ ਇਮੋਸ਼ਨਲ ਇੰਟੈਲੀਜੈਂਸ ਜਿਨ੍ਹਾਂ ਦੀ ਸਟਰੋਂਗ ਹੈ, ਜਿਨ੍ਹਾਂ ਦੀ ਹਾਈ ਹੈ, ਉਹਨਾਂ ਲਈ ਕੁਛ ਡਿਸਐਡਵਾਂਟੇਜ ਵੀ ਆਉਂਦਾ ਹੈ ਇਸ ਦੇ ਨਾਲ? ਉਹ ਡਿਸਐਡਵਾਂਟੇਜ ਇਹ ਆ ਜਾਂਦਾ ਕਿ ਤੁਹਾਨੂੰ ਜਿਵੇਂ ਹੁਣ ਆਪਾਂ ਨੇ ਬਾਉਂਡਰੀ ਦੀ ਗੱਲ ਕੀਤੀ ਆ, ਹੁਣ ਕੋਈ ਹੁਣ ਫਰਜ਼ ਕਰ ਲਓ, ਹੁਣ ਤੁਹਾਨੂੰ ਇਸ ਚੀਜ਼ ਦਾ ਜਵਾਬ ਦੇਣਾ ਪਊਗਾ। ਫਰਜ਼ ਕਰ ਲਓ ਕੋਈ ਮਤਲਬ ਕੋਈ ਨੌਜਵਾਨ ਆ, ਅਤੇ ਕੋਈ ਉਹਨਾਂ ਦੇ ਰਿਸ਼ਤੇਦਾਰ ਆਇਆ ਅਤੇ ਉਹ ਕਹਿੰਦੇ ਵੀ ਤੁਸੀਂ ਵਿਆਹ ਕਦੋਂ ਕਰਾਉਣਾ? ਤੁਸੀਂ ਕਹਿੰਦੇ ਹੋ ਜੀ ਮੇਰੇ ਕੋਈ ਆਈਡੀਆ ਨਹੀਂ ਗਾ ਹਜੇ ਵਿਆਹ ਕਰਾਉਣ ਦਾ, ਜਾਂ ਮੈਂ ਸੋਚਿਆ ਨਹੀਂ ਗਾ, ਜਾਂ ਮੈਂ ਕਰਾਉਣਾ ਹੀ ਨਹੀਂ ਚਾਹੁੰਦੀ, ਅਤੇ ਉਹ ਤੁਹਾਡੇ ਨਾਲ ਲੜ ਜਾਂਦਾ। ਤੁਸੀਂ ਉਹਨੂੰ ਕਹਿ ਸਕਦੇ ਹੋ ਵੀ ਮੇਰੀ ਜ਼ਿੰਦਗੀ ਆ, ਪਲੀਜ਼ ਤੁਸੀਂ ਇਸ ਚੀਜ਼ 'ਤੇ ਤੁਸੀਂ ਮਾਇੰਡ ਨਾ ਕਰੋ, ਪਰ ਇਹ ਮੇਰੀ ਪਰਸਨਲ ਲਾਈਫ ਆ, ਸੋ ਮੈਂ ਇਸ ਚੀਜ਼ 'ਚ ਬਾਹਲਾ ਤੁਹਾਨੂੰ ਨਹੀਂ ਐਕਸਪਲੇਨ ਕਰ ਸਕਦੀ। ਹੁਣ ਆਹ ਇਸ ਚੀਜ਼ ਨੂੰ ਆਪਣੇ ਲਫਜ਼ਾਂ ਦੇ ਵਿੱਚ ਆਪਾਂ ਕਲਚਰ ਦੇ ਵਿੱਚ ਕਹਿੰਦੇ ਹਾਂ ਬੜੀ ਕੋਰੀ ਹੋ ਗਈ, ਬੜਾ ਕੋਰਾ ਹੋ ਗਿਆ, ਹੈਂ, ਸਾਡੀ ਕੋਈ ਇੱਜ਼ਤ ਹੀ ਨਹੀਂ ਗੀ, ਸਾਡੀ ਕੋਈ ਰਿਲੇਸ਼ਨਸ਼ਿਪ ਦੀ ਕੋਈ ਕਦਰ ਹੀ ਨਹੀਂ। ਇਹਦਾ ਇਹ ਨੁਕਸਾਨ ਹੁੰਦਾ ਕਿਉਂਕਿ ਤੁਸੀਂ ਆਪਣੀ ਬਾਉਂਡਰੀ ਮੇਨਟੇਨ ਕਰ ਰਹੇ ਸੀਗੇ, ਰਾਈਟ। ਇਹਦੇ 'ਚ ਨਾਲ ਇੱਕ ਹੋਰ ਹੋ ਸਕਦਾ, ਕਿਸੇ ਬੰਦੇ ਨੂੰ ਕਿ ਕੋਈ ਤੁਸੀਂ ਚੰਗੇ ਦੋਸਤ ਹੋ, ਤੁਹਾਡੇ ਕੋਲ ਇਮੋਸ਼ਨਲ ਇੰਟੈਲੀਜੈਂਸ ਬਹੁਤ ਆ, ਤੁਹਾਨੂੰ ਪਤਾ ਵੀ ਇਹ ਜਿਹੜਾ ਮੇਰਾ ਦੋਸਤ ਆ ਇਹਦੀ ਇੱਕ ਵੀਕਨੈਸ ਹੈ, ਪੈਸੇ ਬਹੁਤ ਖਰਚਦਾ, ਔਰ ਫਿਰ ਇਹਦੇ ਕੋਲ ਮੁੱਕ ਜਾਂਦੇ ਆ 15 ਤਰੀਕ ਨੂੰ, ਅਤੇ ਮਹੀਨਾ ਚੱਲਣਾ ਅਨਦਰ 15 ਦਿਨ, ਅਤੇ ਫਿਰ ਇਹ ਮੰਗਦਾ ਫਿਰਦਾ ਸਾਰਿਆਂ ਕੋਲੋਂ, ਅਤੇ ਉਹ ਤੁਹਾਡੇ ਕੋਲ ਕਿਸੇ ਦਿਨ ਆ ਕੇ ਕਹਿੰਦਾ ਮੈਨੂੰ 10,000 ਰੁਪਈਆ ਦੇ ਦੇ, ਤੁਸੀਂ ਕਹਿੰਦੇ ਨਹੀਂ ਮੈਂ ਨਹੀਂ ਤੈਨੂੰ ਦੇਣਾ, ਹੁਣ ਤੁਸੀਂ ਕੋਰਿਆ ਜਵਾਬ ਦੇਤਾ, ਹੁਣ ਉਹਨੂੰ ਇਹ ਬੜੀ ਤਕਲੀਫ ਹੋਵੇ, ਤੂੰ ਫਿਰ ਦੋਸਤ ਕਹੋ ਜਿਹਾ, ਤੂੰ ਮੈਨੂੰ 10,000 ਰੁਪਈਆ ਨਹੀਂ ਦਾ, ਜਦੋਂ ਉਹਨੂੰ ਤੁਸੀਂ ਕਹਿੰਦੇ ਵੀ ਜਦੋਂ ਮੈਂ ਤੈਨੂੰ ਪਿਛਲੇ ਮਹੀਨੇ ਕਿਹਾ ਸੀ ਵੀ ਤੂੰ ਆਪਣੀ ਬਜਟਿੰਗ ਕਰ, ਤੂੰ ਕੀਤੀ, ਤੂੰ ਨਹੀਂ ਨਾ ਕੀਤੀ, ਸੋ ਆਈ ਐਮ ਨੋਟ ਗੋਇੰਗ ਟੂ ਗਿਵ ਯੂ, ਕਿਉਂਕਿ ਮੈਨੂੰ ਪਤਾ ਮੇਰੇ 10,000 ਨਹੀਂ ਮਿਲਣੇ। ਹੁਣ ਜਿਹੜੇ ਤੁਸੀਂ ਇਹ ਗੱਲ ਕੀਤੀ ਹੈ, ਇਹਦੇ ਨਾਲ ਨਾਲ ਆਉਂਦਾ ਗਿਲਟ, ਜਦ ਤੁਸੀਂ ਮਨਾ ਕਰ ਦਿੰਦੇ ਹੋ, ਆਪਣੀ ਬਾਉਂਡਰੀਜ਼ ਕ੍ਰੀਏਟ ਕਰਦੇ ਹੋ, ਜਦ ਤੁਸੀਂ ਆਪਣਾ ਇੱਕ ਸਟੈਂਡ ਲੈ ਲੈਂਦੇ ਹੋ ਕਿ ਇਹ ਮੇਰੀ ਬਾਉਂਡਰੀਜ਼ ਨੇ, ਇਹਦੇ ਨਾਲ ਤੁਹਾਨੂੰ ਕਾਫੀ ਸਾਰੇ ਨਵੇਂ ਨਾਮ ਵੀ ਦੇ ਦਿੰਦੇ ਜਾਂਦੇ ਨੇ, ਠੀਕ ਹੈ, ਔਰ ਤੁਹਾਨੂੰ ਆਪਣੇ ਆਪ ਨੂੰ ਵੀ ਗਿਲਟ ਫੀਲ ਹੁੰਦਾ ਹੈ ਕਿ ਇੱਦਾਂ ਦਾ ਕੋਈ ਪਰਟੀਕੁਲਰ ਸਟੇਜ ਹੈਗਾ ਜਿੱਥੇ ਤੋਂ ਬੰਦੇ ਨੂੰ ਇੱਕ ਚਾਈਲਡ ਨੂੰ ਸੈੱਟ ਕਰ ਲੈਣਾ ਚਾਹੀਦਾ ਹੈ ਕਿ ਦਿਸ ਇਜ਼ ਫਰੋਮ ਵੇਅਰ, ਲਾਈਕ ਇੱਕ ਐਸੀ ਏਜ ਕਿ ਮੁੰਜੇ ਯਹਾਂ ਪੇ ਆਪਣੀ ਬਾਉਂਡਰੀ ਸੈੱਟ ਕਰ ਲੈਣੀ ਚਾਹੀਏ, ਤਾਂ ਕਿ ਚਾਹੇ ਉਹ ਮੇਰੀ ਫੈਮਿਲੀ ਹੈ, ਚਾਹੇ ਉਹ ਮੇਰੇ ਰਿਲੇਟਿਵਸ ਨੇ, ਮੇਰੇ ਫਰੈਂਡਸ ਨੇ, ਉਹਨਾਂ ਨੂੰ ਮੇਰੇ ਬਾਰੇ ਪਤਾ ਲੱਗ ਜਾਵੇ। ਇੱਦਾਂ ਦੀ ਕਿਹੜੀ ਏਜ ਹੈ ਜਿੱਥੇ ਸਭ ਤੋਂ ਜ਼ਿਆਦਾ ਫੋਕਸ ਰਹਿਣਾ ਚਾਹੀਦਾ ਹੈ ਕਿ ਆਪਾਂ ਆਪਣੀ ਇਮੋਸ਼ਨਲ ਇੰਟੈਲੀਜੈਂਸ ਨੂੰ ਕਾਫੀ ਜ਼ਿਆਦਾ ਬਿਲਡਅਪ ਕਰ ਲਈਏ? ਜੀ, ਇੱਕ ਚੀਜ਼ ਜੇ ਪੂਰੇ ਅੱਜ ਦੇ ਚ ਹੈ, ਤੁਸੀਂ ਆਪਣੇ ਬੱਚੇ ਨੂੰ ਨੋ ਕਹਿਣਾ ਸਿਖਾਓ, ਖਾਸ ਕਰਕੇ ਕੁੜੀਆਂ ਨੂੰ। ਜਦੋਂ ਆਪਾਂ ਕਿਸੇ ਵੀ ਚੀਜ਼ 'ਚ ਨੋ ਕਹਿੰਦੇ ਹਾਂ ਆਪਾਂ ਨੂੰ ਗਿਲਟ ਹੁੰਦਾ, ਕਿਸੇ ਨੂੰ ਵੀ। ਤੁਹਾਡੇ ਘਰ 'ਚ ਕੋਈ ਬੱਚਾ ਚੋਕਲੇਟ ਵੇਚਣ ਆ ਜਾਏ ਵੀ ਮੈਂ ਪੈਸੇ ਇਕੱਠੇ ਕਰ ਰਿਹਾ, ਫਲਾਣੇ ਕੰਟਰੀ ਦੇ ਵਿੱਚ ਗਰੀਬੀ ਆ, ਉਸ ਉਹਨਾਂ ਦੇ ਵਾਸਤੇ ਮੈਂ ਆ ਤੁਹਾਨੂੰ ਚੋਕਲੇਟ ਵੇਚ ਰਿਹਾ, ਇਹ ਵੈਸੇ $10 ਦਾ ਮਿਲਦਾ, ਪਰ ਤੁਸੀਂ ਮੇਰੇ ਤੋਂ 4 ਦਾ ਖਰੀਦ ਲਓ, $1 ਮੈਂ ਉੱਥੇ ਭੇਜ ਦੂੰਗਾ, ਸਮਥਿੰਗ ਲਾਈਕ ਦਿਸ। ਅਤੇ ਤੁਸੀਂ ਕਹਿੰਦੇ ਸੋਰੀ ਨਹੀਂ ਮੈਂ ਨਹੀਂ ਇਹ ਕੰਮ ਕਰਨਾ, ਮੈਂ ਜਿਹਨੂੰ ਭੇਜਣਾ ਮੈਂ ਆਪੇ ਭੇਜ ਦੂੰਗੀ, ਅਤੇ ਤੁਹਾਨੂੰ ਹੁਣ ਫੀਲ ਹੋ ਗਿਆ ਯਾਰ 4 ਤਾਂ ਡਾਲਰ ਸੀਗੇ, ਪਲੀਜ਼ ਕੀ ਫਰਕ ਪੈਂਦਾ ਸੀਗਾ, ਰਾਈਟ। ਇਹ ਗਿਲਟ ਹੋਊਗਾ ਤੁਹਾਨੂੰ, ਲੇਕਿਨ ਤੁਹਾਡੀ ਨਾ ਸਰਟਨ, ਜਦੋਂ ਤੁਸੀਂ ਇਮੋਸ਼ਨਲ ਇੰਟੈਲੀਜੈਂਸ ਚਾਹਦੇ ਆ, ਤੁਸੀਂ ਪ੍ਰੈਜੈਂਟ ਦੇ ਵਿੱਚ ਫੋਕਸ ਕਰਦੇ ਆ, ਤੁਸੀਂ ਕਹਿੰਦੇ ਹੋ ਵੀ ਓਕੇ ਮੈਂ $100 ਕਮਾਉਣੀ ਆ, $100 ਦੇ ਵਿੱਚ ਮੈਂ ਇਹ ਪਾਸੇ ਰੱਖਿਆ ਹੋਇਆ ਵੀ ਮੈਂ $100 ਸੇਵ ਕਰਨੇ ਆ, ਔਰ ਉਸ ਸੇਵਿੰਗ ਦੇ ਵਿੱਚੋਂ ਮੈਂ 9% ਹਰ ਵਾਰੀ ਡੋਨੇਟ ਕਰ ਦੇਣਾ, ਚਾਹੇ ਉਹ $1 ਹੋਵੇ ਚਾਹੇ $2 ਹੋਵੇ, ਵੀ ਮੈਂ ਡੋਨੇਟ ਕਰਨਾ ਹੀ ਕਰਨਾ। ਅੱਛਾ, ਹੁਣ ਜਦੋਂ ਕਿਉਂਕਿ ਅਸੀਂ ਬੜੀ ਪ੍ਰੈਸਕ੍ਰਾਈਬਡ ਜ਼ਿੰਦਗੀ ਜਿਉਣਾ ਚਾਹੁੰਦੇ ਹਾਂ, ਇਹ ਜਿਹੜਾ ਬੰਦਾ ਪ੍ਰੈਸਕ੍ਰਾਈਬਡ ਜ਼ਿੰਦਗੀ ਨਹੀਂ ਜਿਉਣਾ ਚਾਹੁੰਦਾ, ਉਹਦੇ ਵਾਸਤੇ ਤਾਂ ਉਹ ਕਹੂੰਗਾ ਯਾਰ ਕਿਹੋ ਜਿਹਾ ਤੂੰ ਹੈਗਾ, ਤੂੰ ਇੰਨਾ ਕੋਰਾ ਬੰਦਾ,
तू मतलब कि कोई चीज़ भी एक्सैप्ट नहीं करता, पर उहदे नाल हुंदा इह आ कि तुसीं बहुत ज़्यादा दुख तो तुसीं बच जाने हो। जदों तुसीं कई बारी मैं ये नोटिस किया कि जिहड़ियां खास करके कुड़ियां अपनियां वो कई बारी शर्म दियां मारियां, कई बारी शिष्टाचार करके, कई बारी वह रिलेशनशिप नूं प्रजर्व करके उन्हां तो उन्ना स्ट्रोंगली नो नहीं कह हुंदा जिन्ना स्ट्रोंगली उन्हां नूं कहना चाहिदा सीगा। तो क्योंकि उन्होंने असी नो कहना सिखाते नहीं, असी कहने ना 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 कोई नहीं एडजस्ट कर लईदा हुंदा, कोई नहीं ये तेरी आंटी आ, इहदा तां सुभाअ ही इहो जिहा, क्यों जे सुभाअ उहदा तां फिर मैनू क्यों सैक्रीफाइस करन नूं कह रहे हो, उहनूं कहो भाई अपना सुभाअ चेंज करे, राइट। आ जिहड़ियां प्रॉब्लम्स ने ये इमोशनल इंटैलीजेंस च जे तुसीं पले हो तुसीं कहने भी तेरी प्रॉब्लम आ, जे तेरा सुभाअ नहीं ठीक पर तू मेरे ते नहीं सुट सकती अपना सुभाअ, आई एम नॉट गोना एक्सैप्ट इट। उहदे नाल की हुंदा कि थोड़ी जिहड़ी प्रेजेंट च जिंदगी आ उह बड़ी सही हो जाती आ, नहीं तां तुसीं प्रेजेंट नूं अपना बिगाड़ लैंदे हो, फिर तुहानूं होगा यार उहने मैनू गाल कढ़ती सी हुण मैं की करां। बलदेव जी थोड़ा बहुत बहुत धन्नवाद, तुसीं अपने कीमती समय चो साडे लई समय कढ़िया। इस दे नाल ही इस हफ्ते का यह सैगमेंट साडा इत्थे समाप्त हुंदा है, तुसीं साडे नाल बने रहो, असीं फिर तो अगले हफ्ते आऊंगे थोड़े सामने एक नवा सैगमेंट लेके, एक नवा टॉपिक लेके गलबात करन लई। सत श्री अकाल, नमस्ते, आदाब।